ਪਿੰਡ ਆਸਟ੍ਰੇਲੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਬਨਿਓ ਜਾਨੀ ਕਿ ਮਿੰਟੂ ਬਰਾੜ ਬਨਿਓ ਪਿਆਰ ਪਰਿ ਸასი ਸ਼ੀਕਾਲ ਤੇ ਆਜ਼ਾਦ ਚਾਹਾਂਗੇ ਜੀ ਤੁਹਾਡੇ ਤੋਂ ਇੱਕ ਹੋਰ ਨਵਾਂ ਪ੍ਰੋਗਰਾਮ ਹਾਲੇ ਤਾਂ ਸ਼ੁਰੂਆਤਾਂ ਨੇ ਸੋ ਕਦੇ-ਕਦੇ ਅਸੀਂ ਕਹਿੰਦੇ ਨਹੀਂ ਹੁੰਦੇ ਲੰਗੇ ਡੰਗ ਇਹ ਪ੍ਰੋਗਰਾਮ ਕਰਦੇ ਆ ਪਰ ਕਰਦੇ ਉਦੋਂ ਹੀ ਆ ਜਦੋਂ ਕੋਈ ਸਾਨੂੰ ਇਹੋ ਜਿਹਾ ਇਨਸਾਨ ਇਹੋ ਜਿਹਾ ਕੋਈ ਵੀ ਸਖਸੀਅਤ ਮਿਲਦੀ ਆ ਜਿਹੜੀ ਕਿ ਕਿਵੇਂ ਨਾ ਕਿਵੇਂ ਆਪਦੀ ਨਵੀਂ ਸ਼ੁਰੂਆਤ ਲੈ ਕੇ ਆਈ ਆ ਤੇ ਉਹ ਵੀ ਨਵੇਂ ਅੰਦਾਜ਼ ਚ ਜਿਹਦੀ ਲੋੜ ਆ ਸਮੇਂ ਦੀ ਲੋੜ ਆ ਤੇ ਇੱਕ ਬਹੁਤ ਹੀ ਕਹਿ ਸਕਦੇ ਆ ਇੱਕ ਔਖਾ ਪੈਂਡਾ ਵੀ ਉਹਨਾਂ ਨੇ ਚੁਣਿਆ ਉਸ ਉਸ ਜਿਹੜੀ ਸ਼ੁਰੂਆਤ ਦਾ ਪੈਂਡਾ ਕਿਉਂਕਿ ਸ਼ੁਰੂਆਤ ਦਾ ਹਰ ਬੰਦੇ ਦੀ ਜ਼ਿੰਦਗੀ ਚ ਹੁੰਦੀ ਆ ਪਰ ਔਖੇ ਪੈਂਡੇ ਤੇ ਤੁਰਨ ਦਾ ਜਿਹਨਾਂ ਨੇ ਕਿਤੇ ਨਾ ਕਿਤੇ ਹੌਸਲਾ ਕੀਤਾ ਹੁੰਦਾ ਉਹਨਾਂ ਲਈ ਅਸੀਂ ਇਹ ਸ਼ੋਅ ਲੈ ਕੇ ਆਉਣੇ ਆ ਤੇ ਇਸ ਸ਼ੋਅ ਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਇਹੀ ਹੁੰਦਾ ਵੀ ਅਸੀਂ ਉਹਨਾਂ ਦੀ ਹੌਸਲਾ ਫਜ਼ਾਈ ਕਰ ਸਕੀਏ ਉਹਨਾਂ ਵੱਨਿਓ ਜਿਹੜੇ ਇਸ ਵਿੱਡੇ ਕਾਰਜ ਦਾ ਸਾਥ ਦੇ ਸਗੀਏ ਤੇ ਲੋਕਾਂ ਤੱਕ ਪਹੁੰਚਾ ਸਕੀਏ ਸੋ ਅੱਜ ਵੀ ਅਸੀਂ ਇੱਕ ਇਹੋ ਜਿਹੀ ਸਾਡੀ ਪੰਜਾਬ ਦੀ ਧੀ ਨਾਲ ਮਨਾਉਣ ਜਾ ਰਹੇ ਹਾਂ ਤੇ ਜਿਨ੍ਹਾਂ ਦਾ ਖੁਦ ਦਾ ਪਹਿਲਾਂ ਬਹੁਤ ਵਧੀਆ ਮਕਾਮ ਬਣਿਆ ਹੋਇਆ ਤੇ ਬਹੁਤ ਸੋਹਣੇ ਮਕਾਮ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਸੈਟ ਅਪ ਕੀਤਾ ਹੋਇਆ ਪੰਜਾਬੀ ਦੇ ਖਾਸ ਕਰਕੇ ਜੇ ਕਹੀਏ ਤਾਂ ਐਂਕਰਿੰਗ ਦੇ ਦੀ ਦੁਨੀਆ ਦੇ ਵਿੱਚ ਪਰ ਉਹਦੇ ਨਾਲ ਨਾਲ ਉਹਨਾਂ ਨੇ ਹੁਣ ਇੱਕ ਨਵੀਂ ਜਿਹੜੀ ਕੋਸ਼ਿਸ਼ ਕੀਤੀ ਹੈ ਐਨੀ ਮੇਰੀ ਬਾਤ ਜਿਹੜੀ ਕਿ ਸਮੇਂ ਦੀ ਬਹੁਤ ਵੱਡੀ ਲੋੜ ਸੀ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਨੂੰ ਇੰਟਰੋਡਿਊਸ ਕਰਾਉਣਾ ਜੀ ਤੇ ਪਰ ਇੱਕ ਬੜਾ ਸਵੱਬ ਵੀ ਨਾਲ-ਨਾਲ ਤੁਹਾਨੂੰ ਦੱਸੂਆਂ ਪਹਿਲਾਂ ਮੈਂ ਆਵਾਜ਼ ਮਾਰਾਂ ਬੀਬਾ ਰੂਪ ਕੌਰ ਜੀ ਨੂੰ ਜਿਹੜੇ ਕੀ ਸਾਡੇ ਨਾਲ ਜੁੜ ਚੁੱਕੇ ਐ ਇਸ ਟਾਈਮ ਮੈਲਬਨ ਤੋਂ ਤੇ ਬੀਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਮੈਂ ਦੱਸ ਦਿਆਂ ਸਾਰਿਆਂ ਲੋਕਾਂ ਨੂੰ ਮੈਂ ਕਿੱਡਾ ਸਵੱਬਾ ਵੀ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ ਅਸੀਂ ਦੋਨੋਂ ਇਕੱਠੇ ਬੈਠੇ ਸੀ ਕੈਮਰੇ ਮੂਰੇ ਪਰ ਸੀਟਾਂ ਬਦਲਣੀਆਂ ਸਨ ਇੰਟਰਵਿਊ ਕਰਨ ਵਾਲੇ ਰੂਪਸਾਨ ਤੇ ਮੈਂ ਇੰਟਰਵਿਊ ਦੇਣ ਆਇਆ ਸੀ ਤੇ ਅੱਜ ਉਲਟ ਹੋ ਚੁੱਕਿਆ ਮਸਲਾ ਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਮੇਰੇ ਦੇਸ਼ ਚਾਹੀ ਸੀ ਹੁਣ ਮੈਂ ਤੁਹਾਡੇ ਦੇਸ਼ ਚ ਆ ਜੀ ਜੀ ਬਿਲਕੁਲ ਰੂਪ ਕੈਨੇਡਾ ਤੋਂ ਜਿਹੜੇ ਆਸਟ੍ਰੇਲੀਆ ਮੂਵ ਹੋ ਗਏ ਆ ਜੀ ਪਿਛਲੇ 5-4 ਸਾਲ ਪਹਿਲਾਂ ਤੇ ਇੱਥੇ ਆ ਕੇ ਆਪਦੀ ਸੈਟਅਪ ਤੋਂ ਬਾਅਦ ਇਹਨਾਂ ਨੇ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਬੱਚਿਆਂ ਲਈ ਖਾਸ ਕਰਕੇ ਜਿਹੜੀ ਕਿ ਸਮੇਂ ਦੀ ਲੋੜ ਸੀ ਐਨੀ ਮੇਰੀ ਬਾਤ ਦੇ ਤਹਿਤ ਤੇ ਉਹਦੇ ਚ ਆਪਾਂ ਸਾਰੀਆਂ ਗੱਲਾਂ ਦਾ ਇਹਨਾਂ ਤੋਂ ਜਾਣਾਂਗੇ ਪਰ ਮੈਂ ਇੰਨਾ ਕ ਦੱਸ ਦਿਆਂ ਵੀ ਇਹੀ ਕਾਰਜ ਜਿਹੜਾ ਕਾਰਜ ਰੂਪ ਹੋਰਾਂ ਨੇ ਹੁਣ ਸ਼ੁਰੂ ਕੀਤਾ ਇਹ ਕਾਰਜ ਮੇਰੇ ਕੋਲੇ 20 ਬੰਦਿਆਂ ਦੀ ਲਿਸਟ ਪਈ ਹੈ ਜਿਨ੍ਹਾਂ ਨੇ ਅਸਫਲ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਪਰ ਹੁਣ ਰੂਪ ਹੋਰਾਂ ਨੇ ਇਹਨੂੰ ਇਹਦੀ ਆਉਟਪੁੱਟ ਸ਼ੁਰੂ ਕਰ ਦਿੱਤੀ ਆਉਣੀ ਸ਼ੁਰੂ ਹੋ ਗਈ ਹੈ ਤਾਂ ਮੈਨੂੰ ਲੱਗਦਾ ਕਾਮਯਾਬੀ ਦੇ ਰਾਹ ਤੇ ਤੁਰ ਪਏ ਆ ਸੋ ਕੀ ਕਹਿਣਾ ਚਾਹੋਗੇ ਪਹਿਲਾਂ ਰੂਪ ਆਪਣੇ ਬਾਰੇ ਥੋੜਾ ਜਿਹਾ ਪਹਿਲਾਂ ਤਾਂ ਭਾਜੀ ਧੰਨਵਾਦ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਵਾਸਤੇ ਦੁੱਜੀ ਗੱਲ ਜਿਹੜਾ ਤੁਸੀਂ ਇਹ ਪ੍ਰੋਜੈਕਟ ਨੂੰ ਸਫਲ ਕਹਿ ਦਿੱਤਾ ਤੇ ਕਈਆਂ ਨੇ ਅਸਫਲ ਤੁਸੀਂ ਕਿਹਾ ਵੀ ਸ਼ੁਰੂ ਕੀਤਾ ਮੈਂ ਦੱਸਦਾ ਕਿ ਇਹ ਜਿਹੜੀ ਅਸਫਲ ਪ੍ਰੋਜੈਕਟ ਸ਼ੁਰੂ ਕਰਦੇ ਮਤਲਬ ਜਿਨ੍ਹਾਂ ਨੇ ਵਾਰੀ-ਵਾਰੀ ਸ਼ੁਰੂ ਕਰਨਾ ਸੀ ਉਹ ਲਿਸਟ 'ਚ ਮਾਫੀ ਜੋ ਨੀਆ ਜੀ ਅਮ ਉਹ ਲਿਸਟ 'ਚ ਮੈਂ ਵੀ ਔਨ ਹੇਅਰ ਜੀ ਜੀ ਕਰਦਿਆਂ ਨੇ ਮਤਲਬ ਇੰਨੇ ਮੇੜੇ ਮਾਰਨੇ ਇੰਨੀਆਂ ਇੰਨੇ ਤਾਨੇ ਮਾਰਨੇ ਵੀ ਸਾਰਾ ਦਿਨ ਜਾਬਾਂ ਦਾ ਭੇਡ ਕਰਦੀ ਰਹਿੰਦੀ ਹੈ ਕੁਛ ਚੱਜ ਦਾ ਕਰ ਲਾ ਜੀ ਬੜੀ ਵਾਰੀ ਸ਼ੁਰੂ ਕੀਤਾ ਪਰ ਫੇਰ ਧਰਿਆ ਧਰਾਇਆ ਰਹਿ ਜਾਂਦਾ ਸੀ ਐਸ ਵਾਰੀ ਉਹੀ ਵੀ ਵਾਹਿਗੁਰੂ ਦੀ ਬਖਸ਼ਿਸ਼ ਹੈ ਵਾਹਿਗੁਰੂ ਦੀ ਕਿਰਪਾ ਹੈ ਕਿ ਜਦੋਂ ਉਹਨੇ ਝੋਣਾ ਉਦੋਂ ਹੀ ਹੋਣਾ ਸਾਲ ਤੋਂ ਪਹਿਲਾਂ ਇੱਕ ਪੁੱਤਰ ਦੀ ਦਾਤ ਬਖਸ਼ੀ ਪਰਮਾਤਮਾ ਨੇ ਤੇ ਉਹਦੇ ਤੋਂ ਬਾਅਦ ਥੋੜਾ ਜਿਹਾ ਚਿੰਤਾ ਵੀ ਵਧ ਗਈ ਪੰਜਾਬੀ ਦੇ ਪ੍ਰਤੀ ਵੀ ਤੇ ਬੱਚੇ ਦੇ ਪ੍ਰਤੀ ਖਾਸ ਕਰਕੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਬੰਦੇ ਦੀ ਹਰੇਕ ਚੀਜ਼ ਸਵੈ ਪਿਆਰ ਤੋਂ ਸ਼ੁਰੂ ਹੁੰਦੀ ਆ ਤੇ ਫਿਰ ਉਹਦੀ ਉਹਦੀ ਫੈਮਿਲੀ ਆ ਜਾਂਦੀ ਆ ਐਕਸਟੈਂਡਡ ਪਿਆਰ ਆ ਜਿਹੜਾ ਉਸ ਤੋਂ ਬਾਅਦ ਉਹਦੇ ਹੋਰ ਚੀਜ਼ਾਂ ਜਿਨ੍ਹਾਂ ਨੂੰ ਪਿਆਰ ਕਰਦਾ ਉਹ ਬੋਲੀ ਹੋਗੀ ਆਪਣਾ ਦੇਸ਼ ਹੋਗੇ ਆਪਣੀ ਮਿੱਟੀ ਹੋਗੀ ਹੈਨਾ ਸੋ ਗੱਲ ਤਾਂ ਸਵੈ ਪਿਆਰ ਤੋਂ ਹੀ ਸ਼ੁਰੂ ਹੁੰਦੀ ਆ ਤਾਂ ਬੱਚੇ ਦੀ ਫਿਕਰ ਜਦੋਂ ਹੋਈ ਉਦੋਂ ਸੋਚਿਆ ਵੀ ਨਹੀਂ ਕੁਝ ਕਰਨਾ ਬਣਦਾ ਕੁਝ ਕੀਤਾ ਜਾਵੇ ਸੋ ਉੱਥੋਂ ਸ਼ੁਰੂਆਤ ਹੁੰਦੀ ਆ ਉਮ ਪ੍ਰੋਜੈਕਟ ਸ਼ੁਰੂ ਕੀਤੇ ਨੂੰ 5 ਕ ਮਹੀਨੇ ਹੋ ਗਏ ਹੌਲੀ ਹੌਲੀ ਇੱਕ ਇੱਕ ਕਰਕੇ ਕੀਤਾ ਕਮੀਆਂ ਪੇਸ਼ੀਆਂ ਹੈਗੀਆਂ ਨੇ ਹਾਲੇ ਆਉਂਦੀਆਂ ਨਹੀਂ ਪਰ ਖੁਸ਼ੀ ਦੀ ਗੱਲ ਹੈ ਵੀ ਅੱਗੇ ਦੀ ਅੱਗੇ ਉਹ ਠੀਕ ਹੋ ਰਹੀਆਂ ਨੇ ਵਧੀਆ ਹੋ ਰਹੀਆਂ ਜੀ ਜੀ ਸੋ ਮੈਂ ਇਥੇ ਦੱਸ ਦਿਆਂ ਜੀ ਸਾਡੇ ਦਰਸ਼ਕਾਂ ਨੂੰ ਪਹਿਲੀ ਗੱਲ ਤਾਂ ਦਰਸ਼ਕ ਮੇਰੇ ਤੇ ਹੱਸ ਰਹੇ ਆ ਐਣਕਾਂ ਲੱਗੀਆਂ ਦੇਖ ਕੇ ਵੀ ਮੈਂ ਮੈਨੂੰ ਅੱਜ ਤੱਕ ਇਹਨਾਂ ਨੇ ਇਸ ਅਵਤਾਰ 'ਚ ਨਹੀਂ ਦੇਖਿਆ ਸੀ ਐਣਕਾਂ ਵਾਲੇ 'ਚ ਦੇ ਕੋ ਉਮਰ ਦਾ ਤਕਾਜਾ ਜੀ ਹੌਲੀ ਹੌਲੀ ਐਣਕਾਂ ਨੇ ਆਪਦੀ ਥਾਂ ਤੇ ਆਈ ਜਾਣਾ ਸੀ ਤੇ ਉਹ ਆ ਗੀਆਂ ਤੇ ਉਹ ਕੋਈ ਨਿੱਕੇ ਹੁੰਦੇ ਚਾਤ ਲਾਉਂਦੇ ਹੁੰਦੇ ਸੀ ਤੇ ਇੱਕ ਦੂਜੇ ਨੂੰ ਕੁਛ ਦੇ ਭੈਣ ਭਰਾ ਵੀ ਕਿਦਾਂ ਲੱਗਦਾ ਤਾਂ ਉਹਨਾਂ ਨੇ ਮੂਹਰੋ ਕਹਿਣਾ ਵੀ ਜਮਾਂ ਡਾਕਟਰ ਜਿਹਾ ਲੱਗਦਾ ਪਤਾ ਨਹੀਂ ਉਦੋਂ ਐਣਕਾਂ ਡਾਕਟਰਾਂ ਨੇ ਲੱਗੀਆਂ ਹੁੰਦੀਆਂ ਸੀ ਸੋ ਬਹੁਤ ਮਿਹਰਬਾਨੀ ਜਿਹੜੇ ਵੀ ਸੱਜਣ ਜੁੜ ਚੁੱਕੇ ਹਨ ਸਾਰਿਆਂ ਦੀ ਤੇ ਮੈਂ ਸਾਰਿਆਂ ਨੂੰ ਦੱਸ ਦਿਆਂ ਜੀ ਵੀ ਐਨੀ ਮੇਰੀ ਬਾਤ ਦੇ ਤਹਿਤ ਜਿਹੜਾ ਮੇਨ ਮੁੱਦਾ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਆਂ ਜਾਂ ਜਿਹੜੀ ਗੱਲ ਰੂਪਰਾਂ ਨੇ ਉਪਰਾਲਾ ਕੀਤਾ ਉਹ ਇਹ ਆ ਵੀ ਬੱਚਿਆਂ ਲਈ ਸਾਡੇ ਅਸੀਂ ਅਕਸਰ ਬਲੇਮ ਕਰਦੇ ਆਂ ਵੀ ਬੱਚੇ ਆ ਜਿਹੜੇ ਅੰਗਰੇਜ਼ੀ ਦੇ ਕਾਰਟੂਨ ਦੇਖਣਾ ਪਸੰਦ ਕਰਦੇ ਆ ਬੱਚੇ ਆ ਜਿਹੜੇ ਅੰਗਰੇਜ਼ੀ ਬੋਲਣ ਛੇਤੀ ਲੱਗ ਜਾਂਦੇ ਆ ਤੇ ਅਸੀਂ ਉਹਨੂੰ ਕਿਵੇਂ ਪੰਜਾਬੀ ਨਾਲ ਜੋੜੀ ਰੱਖੀਏ ਕਿਵੇਂ ਅਸੀਂ ਪ੍ਰਾਣੀਆਂ ਸਾਡੀਆਂ ਰਹਿਤ ਰਵਿਦਾ ਨਾਲ ਜੋੜੀ ਰੱਖੀਏ ਤਾਂ ਉਹਦੇ ਲਈ ਇਹਨਾਂ ਨੇ ਇੰਨੀ ਮੇਰੀ ਬਾਤ ਨਾਂ ਦਾ ਜਿਹੜਾ ਉਪਰਾਲਾ ਸ਼ੁਰੂ ਕੀਤਾ ਤੇ ਇਹਦੇ ਤਹਿਤ ਉਹ ਬਾਤਾਂ ਸੁਣਾਇਆ ਕਰਨਗੇ ਬੱਚਿਆਂ ਨੂੰ ਇਹ ਉਹ ਬਾਤਾਂ ਦੇ ਵਿੱਚ ਵੀ ਬਾਤਾਂ ਕੱਲੀਆਂ ਸੁਣਾਉਣੀਆਂ ਨਹੀਂ ਨਾਲ ਉਹਨਾਂ ਨੂੰ ਦੇਖਣ ਲਈ ਬਣਾਉਣ ਲਈ ਐਨੀਮੇਸ਼ਨ ਦੇ ਜਿਹੜੀਆਂ ਉਹ ਉਹਦੇ ਤੇ ਡਬਿੰਗ ਕਰਿਆ ਕਰਨਗੇ ਸੋ ਸ਼ੁਰੂਆਤ ਦੇ ਵਿੱਚ ਮੈਨੂੰ ਪਤਾ ਕਾਫੀ ਔਖਾ ਕਾਰਜ ਆ ਪਰ ਇਹ ਜੇ ਸਿਰੜ ਨਾਲ ਬੰਦਾ ਕੋਈ ਲੱਗ ਜੇ ਤਾਂ ਉਹ ਇਹ ਵੀ ਮੁਸ਼ਕਲ ਵੀ ਹੈਣੀ ਇਹ ਇਹ ਹੋ ਵੀ ਜਾਣਾ ਸੋ ਰੂਪ ਪਹਿਲਾਂ ਤਾਂ ਸਾਨੂੰ ਇਹ ਦੱਸਿਓ ਵੀ ਦੇਖੋ ਤੁਸੀਂ ਐਂਕਰਿੰਗ ਦੀ ਦੁਨੀਆ 'ਚ ਤਾਂ ਸੀਗੇ ਆ ਤੁਸੀਂ ਕੈਮਰਾ ਫੇਸ ਕਰਨ ਤਾਂ ਤਾਂ ਤੁਹਾਨੂੰ ਯੂਜ਼ ਟੂ ਸੀ ਪਰ ਜਿਹੜਾ ਇਸ ਬਾਤਾਂ ਦੀ ਦੁਨੀਆ ਦੇ ਵਿੱਚ ਜਾਣ ਲਈ ਤੁਹਾਨੂੰ ਇੱਕ ਐਨੀਮੇਸ਼ਨ ਦਾ ਸਹਾਰਾ ਲੈਣਾ ਪੈਣਾ ਸੀ ਤੇ ਐਨੀਮੇਸ਼ਨ ਵਾਲਾ ਕੰਮ ਮੈਂ ਤਾਂ ਇਹੀ ਸੁਣਿਆ ਵੀ ਹਰ ਬੰਦਾ ਇੱਥੇ ਭੱਜ ਜਾਂਦਾ ਇਹ ਮਹਿੰਗਾ ਹੀ ਬਹੁਤ ਆ ਬਹੁਤ ਜ਼ਿਆਦਾ ਟਾਈਮ ਕੰਜ਼ੂਮ ਹੋਣ ਕਰਕੇ ਬਹੁਤ ਮਹਿੰਗਾ ਤੇ ਫਿਰ ਇਹਦੇ ਨਾਲ ਕਿਵੇਂ ਭੁਗਤੋਗੇ ਅ ਭਾਜੀ ਜਿਵੇਂ ਕਹਿੰਦੇ ਹੁੰਦੇ ਆ ਵੀ ਅਖਲੀ ਚ ਸਿਰ ਦਿੱਤਾ ਬੋਲਿਆਂ ਦਾ ਕੀ ਡਰ ਹਨਾ ਤਾਂ ਮੈਂ ਸਹੀ ਕਿਹਾ ਜੀ ਬਿਲਕੁਲ ਬਿਲਕੁਲ ਹਨਾ ਦੇਖੋ ਇੱਥੋਂ ਤੱਕ ਅ ਮਾੜੀ ਹਾਲਤ ਹੋ ਗਈ ਆ ਵੀ ਪੰਜਾਬੀ ਬੋਲ ਕੇ ਨਾ ਦੋ ਘੜੀ ਸੋਚਣਾ ਪੈਂਦਾ ਮੈਂ ਠੀਕ ਬੋਲੀ ਹੈ ਹਮ ਅ ਜਿਹੜਾ ਇਹ ਕੰਮ ਸ਼ੁਰੂ ਕੀਤਾ ਬਿਲਕੁਲ ਅ ਪੈਸੇ ਦੇ ਪੱਖੋਂ ਸਭ ਤੋਂ ਜ਼ਿਆਦਾ ਚੈਲਿੰਜਿੰਗ ਹੁੰਦਾ ਜੀ ਜੀ ਤੇ ਇੱਕ ਵਾਰੀ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਦੇਖੀ ਜਾਏਗੀ ਉਮੀਦ ਆ ਹਰ ਇੱਕ ਬੰਦੇ ਨੂੰ ਹੁੰਦਾ ਨਾ ਉਹ ਐਕਸਪੈਕਟੇਸ਼ਨਸ ਤਾਂ ਹੁੰਦੀਆਂ ਨੇ ਉਮੀਦਾਂ ਹੁੰਦੀਆਂ ਨੇ ਵੀ ਛੇਤੀ ਹੀ ਰਿਟਰਨ ਆਉਣ ਲੱਗ ਪੂਗੀ ਪਰ ਇਹ ਥੋੜਾ ਲੰਬਾ ਰਸਤਾ ਹੈ 체ਤੀ ਨਹੀਂ ਆਉਣ ਲੱਗਦੀ ਪਰ ਕੋਈ ਗੱਲ ਨਹੀਂ ਜਿਵੇਂ ਕਹਿੰਦੇ ਹੁੰਦੇ ਮੈਂ ਪਹਿਲਾਂ ਤਾਂ ਕੰਮ ਕਰਨਾ ਸ਼ੁਰੂ ਕੀਤਾ ਮੈਂ ਕੰਮ ਨਹੀਂ ਸੀ ਕਰਦੀ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਇਹਨੂੰ ਜਿੰਨਾ ਪੈਸਾ ਆਉਂਦਾ ਮੈਂ ਸੋਚ ਲਿਆ ਸੀ ਵੀ ਜਿੰਨਾ ਪੈਸਾ ਆਊਗਾ ਉਹ ਇੱਧਰ ਲਾਈ ਜਾਣਾ ਤੇ ਉਹਨਾਂ ਚ ਰਲਾਈ ਜਾਣਾ ਜਦੋਂ ਤੱਕ ਜਾਂ ਤਾਂ ਜਵਾਗ ਪੰਜਾਬੀ ਨਹੀਂ ਸਿੱਖਦੇ ਹੈਗੇ ਤੇ ਜਾਂ ਫਿਰ ਉਹ ਰਿਟਰਨ ਨਹੀਂ ਆਉਣ ਲੱਗਦੀ ਹੈ ਨਾ ਤਾਂ ਕੋਈ ਨਹੀਂ ਪਰਮਾਤਮਾ ਨੇ ਇੱਥੇ ਤੱਕ ਮਤਲਬ ਇੱਕ ਵਾਰੀ ਕਾਰਜ ਸਫਲ ਕਰ ਦਿੱਤਾ ਹੈ ਨਾ ਸ਼ੁਰੂਆਤ ਹੋ ਗਈ ਹੈ ਅੱਗੇ ਦੀ ਅੱਗੇ ਲੋਕਾਂ ਦਾ ਸਾਥ ਰਿਹਾ ਤਾਂ ਸੈਲਫ ਸਸਟੇਨਿੰਗ ਇਟਸ ਸੈਲਫ ਸਸਟੇਨੇਬਲ ਹੋ ਜਾਣਾ ਹੈ ਪ੍ਰੋਜੈਕਟ ਬਿਲਕੁਲ ਜੀ ਬਿਲਕੁਲ ਚਲੋ ਬੰਦਾ ਕਹਿੰਦੇ ਨਹੀਂ ਹੁੰਦੇ ਜਿਹੜੇ ਇੱਕ ਕੋਸ਼ਿਸ਼ਾਂ ਤੇ ਉਪਰਾਲਿਆਂ ਤੇ ਤਜਰਬੇ ਵੀ ਉੱਥੇ ਕਰਦਾ ਜਿੱਥੇ ਥੋੜਾ ਜਿਹਾ ਕਿਰਨ ਹੱਥ ੜ ਜੇ ਚਲੋ ਤੁਹਾਨੂੰ ਵਧੀਆ ਲਾਈਫ ਪਾਰਟਨਰ ਮਿਲੇ ਆ ਤੇ ਉਹਨਾਂ ਨੇ ਤੁਹਾਨੂੰ ਇੰਨੀ ਖੁੱਲ ਦਿੱਤੀ ਆ ਵੀ ਉਹ ਆਪਦਾ ਘਰ ਪਰਿਵਾਰ ਚਲਾ ਸਕਦੇ ਤੇ ਤੁਸੀਂ ਆਪਣੀ ਆਮਦਨਾਂ ਜਿਹੜੀ ਉਹਨੂੰ ਇਸ ਦੇ ਉੱਤੇ ਇੱਕ ਤਜਰਬੇ ਦੇ ਤੌਰ ਦੇ ਉੱਤੇ ਯੂਜ਼ ਕਰ ਸਕਦੇ ਨੀ ਬਿਲਕੁਲ ਬਾਜੀ ਜਿਵੇਂ ਕਹਿੰਦੇ ਹੁੰਦੇ ਹਣੋ ਸੁਣਨੀ ਰਹੇ ਕਹਿੰਦੇ ਹੁੰਦੇ ਨਾ ਬੰਦੇ ਦੀ ਪਿੱਠ ਸੁਣਦੀ ਆ ਤਾਂ ਉਦੋਂ ਤਾਰੀਫ਼ ਕਰਨੀ ਚਾਹੀਦੀ ਆ ਨੋ ਡਾਊਟ ਉਹਨਾਂ ਨੇ ਡੇ 1 ਤੋਂ ਮੈਨੂੰ ਬਹੁਤ ਸਪੋਰਟ ਕੀਤਾ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਯਾ ਮੈਨੂੰ ਪਤਾ ਨਹੀਂ ਵੀ ਮੇਰੇ ਜਾਣ ਪਛਾਣ ਦੇ ਵਿੱਚ ਕੋਈ ਹੋਰ ਕੁੜੀ ਇਦਾਂ ਦੀ ਹੋਵੇ ਜਿਹਨੂੰ ਇਦਾਂ ਦਾ ਹਸਬੰਦ ਮਿਲਿਆ ਹੋਵੇ ਜਿਹੜਾ ਇੰਨਾ ਸਪੋਰਟਿਵ ਹੋਵੇ ਸੋ ਮੈਂ ਫੋਰਚੂਨੇਟ ਆ ਬਹੁਤ ਕਿਸਮਤ ਵਾਲੀ ਆ ਐਂਡ ਮੋਰਓਵਰ ਪੈਸੇ ਪੱਖੋਂ ਵੀ ਜੇ ਕਦੇ ਮੈਨੂੰ ਕੋਈ ਕਮੀ ਆਉਂਦੀ ਹੈ ਮੈਨੂੰ ਲੱਗਦਾ ਨਹੀਂ ਹੈਗਾ ਵੀ ਉਹ ਉਹਨਾਂ ਨੇ ਕਦੇ ਮੈਨੂੰ ਜਵਾਬ ਦੇਣਾ ਹੀਲ ਵੀ ਮੋਰ ਦਨ ਹੈਪੀ ਟੂ ਸਪੋਰਟ ਮੀ ਸੋ ਤੁਸੀਂ ਬਿਲਕੁਲ ਸਹੀ ਕਿਹਾ ਉੱਥੇ ਮੇਰਾ ਹੁਣ ਫੈਮਿਨਿਜ਼ਮ ਨਹੀਂ ਜਾਗਦਾ ਹੈਗਾ ਇਸ ਚੀਜ਼ 'ਚ ਵੀ ਮੈਂ ਕਿਸੇ ਅਭੀ ਅਪਾ ਕਹਿ ਦਿੰਦੇ ਆ ਵੀ ਹੈ ਨਾ ਕਿਸੇ ਮਰਦ ਨੂੰ ਕ੍ਰੈਡਿਟ ਦੇਣਾ ਮਤਲਬ ਬਣਦਾ ਜੀ ਬਿਲਕੁਲ ਟੋਟਲੀ ਬਣਦਾ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਸੋ ਹੁਣ ਤੁਸੀਂ ਇਹ ਬਾਤਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰ ਚੁੱਕੇ ਆ ਮੈਂ ਵੀ ਤੁਹਾਡੀ ਪਹਿਲੀ ਬਾਤ ਸੁਣ ਚੁੱਕਿਆ ਤੇ ਦਾਨਾ ਸ਼ਾਹ ਮੈਂ ਸਹੀ ਕਿਹਾ ਨਾ ਦਾਨਾ ਹਾਂਜੀ ਦਾਨਾ ਸ਼ਾਹੂਕਰ ਦਾਨਾ ਸ਼ਾਹੂਕਰ ਦਾਨਾ ਸ਼ਾਹੂਕਰ ਨਾਂ ਦੀ ਜਿਹੜੀ ਬਾਤ ਆ ਮੈਂ ਕੁਝ ਇੱਕ ਦਿਨ ਪਹਿਲਾਂ ਮੇਰੇ ਤੱਕ ਵੀ ਪਹੁੰਚੀ ਮੈਂ ਵੀ ਸੁਣੀ ਤੇ ਮੈਨੂੰ ਵੀ ਬੜੀ ਵਧੀਆ ਲੱਗੀ ਤੇ ਮੇਰਾ ਵੀ ਆਪਣਾ ਬਚਪਨ ਚ ਚਲਾ ਗਿਆ ਤੇ ਪਰ ਥੋੜੀ ਜੀ ਜਿਹੜੀ ਦਿੱਕਤ ਜਦੋਂ ਮੈਂ ਦੇਖੀ ਮੈਨੂੰ ਇਹ ਲੱਗਿਆ ਵੀ ਜੇ ਤਾਂ ਹੁਣ ਮੈਂ ਆਪਣੀ ਜੁੱਤੀ ਪਾ ਕੇ ਦੇਖਦਾ ਤੇ ਆਪਣੇ ਬਚਪਨ ਚ ਜਾਨਣਾ ਤਾਂ ਮੇਰੇ ਲਈ ਤਾਂ ਉਹ ਅਮੇਜ਼ਿੰਗ ਥੀ ਸੀਬੀਓ ਦੇ ਕੋਈ ਮੁੱਲ ਹੀ ਨਹੀਂ ਸੀ ਮੇਰੇ ਲਈ ਤਾਂ ਉਹ ਬਹੁਤ ਵਧੀਆ ਸੀ ਤੇ ਮੈਂ ਸੋਚਦਾ ਸੀ ਸਾਨੂੰ ਬਚਪਨ ਚ ਇਹ ਜੇ ਢੰਗ ਨਾਲ ਹੁੰਦਾ ਤਾਂ ਅਸੀਂ ਕਿੰਨੇ ਮਹਾਰਾਜਾਂ ਵਾਲੀ ਫੀਲਿੰਗ ਹੋਣੀ ਸੀ ਪਰ ਅੱਜ ਦੇ ਬੱਚੇ ਆ ਜਿਹੜੇ ਉਹਨਾਂ ਦੀ ਐਕਸਪੈਕਟੇਸ਼ਨ ਆ ਬਹੁਤ ਹਾਈ ਆ ਬਹੁਤ ਜ਼ਿਆਦਾ ਹਾਈ ਆ ਕਿਉਂਕਿ ਉਹਨਾਂ ਨੂੰ ਕਾਰਟੂਨਾਂ ਦੇ ਇਹੋ ਜਿਹੇ ਵਰਜ਼ਨ ਆ ਗਏ ਜਿਹੜੇ ਕਿ ਹਾਲੀਵੁੱਡ ਦੇ ਵਿੱਚ ਬਣਦੇ ਆ ਤੇ ਜਿਨ੍ਹਾਂ ਦੇ ਮਿਲੀਅਨ ਡਾਲਰਾਂ ਦੇ ਪ੍ਰੋਜੈਕਟ ਹੁੰਦੇ ਆ ਮਿਲੀਅਨ ਕੀ ਹੁੰਦਾ ਬਿਲੀਅਨ ਤੱਕ ਵੀ ਸੁਣਿਆ ਵੀ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜਾ ਕਾਰਟੂਨਸ ਦੇ ਤੇ ਤਾਂ ਉਹਦੋਂ ਜਿਹੜਾ ਤੁਸੀਂ ਇੱਕ ਉਹਨਾਂ ਬੱਚਿਆਂ ਨੂੰ ਕਿਵੇਂ ਕਿਹੜੇ ਢੰਗ ਨਾਲ ਜੋੜ ਪਾਉਂਗੇ ਇੱਕ ਆਪਾਂ ਬੇਸਿਕ ਨਾਲ ਕਿਉਂਕਿ ਆਪਣਾ ਹਜੇ ਜਿਹੜੀ ਕੋਸ਼ਿਸ਼ਾਂ ਉਹ ਬੇਸਿਕਸ ਨੇ ਜੀ ਭਾਜੀ ਸਾਰਿਆਂ ਤੋਂ ਵੱਡੀ ਜਿਹੜੀ ਉਮੀਦ ਹੈ ਨਾ ਉਹ ਮਾਪਿਆਂ ਤੋਂ ਹੈ ਕਿਉਂਕਿ ਜੇ ਮਾਪਿਆਂ ਨੇ ਬਥੇਰੇ ਮਾਪੇ ਨੇ ਜਿਨ੍ਹਾਂ ਨੂੰ ਫਿਕਰ ਹੈ ਆਪਣੇ ਬੱਚਿਆਂ ਦੀ ਆਪਣੀ ਬੋਲੀ ਦੀ ਹੈ ਨਾ ਤਾਂ ਜਦੋਂ ਉਹਨਾਂ ਤੱਕ ਪਹੁੰਚ ਗਈ ਤਾਂ ਉਹਨਾਂ ਨੇ ਆਪਣੇ ਆਪ ਆਪਣੇ ਬੱਚਿਆਂ ਨੂੰ ਲਾਉਣਾ ਤੇ ਬੱਚੇ ਤਾਂ ਕੋਰਾ ਕਾਗਜ਼ ਨੇ ਉਹਨਾਂ ਨੂੰ ਜੋ ਦਿਖਾਉਣ ਲੱਗ ਜੂ ਉਹਨਾਂ ਨੇ ਦੇਖਦੇ ਜਾਣਾ ਤੇ ਅੱਗੇ ਦੀ ਅੱਗੇ ਪ੍ਰੋਜੈਕਟ ਆ ਜਿਹੜਾ ਅਸੀਂ ਹੋਰ ਬਿਹਤਰ ਕਰਦੇ ਵੀ ਜਾਣਾ ਹੈ ਹਨਾ ਜਿਵੇਂ ਜਿਵੇਂ ਮਤਲਬ ਵੱਧ ਲੋਕ ਜੁੜਣਗੇ ਉਵੇਂ-ਉਵੇਂ ਸਾਨੂੰ ਕਮੀਆਂ ਪੇਸ਼ੀਆਂ ਵੀ ਦੱਸਣਗੇ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਵੀ ਥੋੜਾ ਹੋਰ ਵਧੀਆ ਕੀਤਾ ਜਾਵੇ ਉਹ ਨਾਲ ਦੀ ਨਾਲ ਚੀਜ਼ ਕੰਮ ਹੈ ਜਿਹੜਾ ਚੱਲੀ ਜਾਣਾ ਪਰ ਪਰ ਮੈਨੂੰ ਪਤਾ ਹੈ ਵੀ ਜਿਹੜੇ ਪੰਜਾਬੀ ਬੋਲੀ ਦੇ ਹਮਦਰਦ ਨੇ ਉਹਨਾਂ ਦੇ ਲਈ ਇੰਨਾ ਕੁ ਵੀ ਬਹੁਤ ਹੈ ਉਹਨਾਂ ਨੇ ਕਿਹਾ ਕਿ ਵੀ ਬਸ ਸਾਡੇ ਬੱਚਿਆਂ ਨੂੰ ਦੇਖਣ ਲਈ ਕਿਉਂਕਿ ਉਹਨਾਂ ਕੋਲ ਇਹ ਸੀ ਕਿ ਕੁਝ ਦੇਖਣ ਲਈ ਹੀ ਨਹੀਂ ਸੀਗਾ ਬਿਲਕੁਲ ਜਿਹੜੇ ਕਾਰਟੂਨ ਸੀ ਉਹ ਅ ਜਾਂ ਤੇ ਬਹੁਤ ਮਾਡਰਨ ਕਾਰਟੂਨ ਮਾਡਰਨ ਭਾਵੇਂ ਉਹਨਾਂ ਦੀਆਂ ਗੱਲਾਂ ਬਾਤਾਂ ਮਾਡਰਨ ਸੀਗੀਆਂ ਹੈਨਾ ਤੇ ਸਾਨੂੰ ਜੇ ਅਸੀਂ ਮੈਂ ਪਹਿਲਾਂ ਵੀ ਕਹਿੰਨੀ ਹੁਣੀ ਆ ਆਪਾਂ ਨੂੰ ਨਾ ਭਰਮ ਹੁੰਦਾ ਹੋ ਸਕਦਾ ਮੈਂ ਇੱਥੇ ਗਲਤ ਵੀ ਹੋਵਾਂ ਹਮ ਹਮ ਆਪਾਂ ਨੂੰ ਭਰਮ ਹੁੰਦਾ ਵੀ ਗਿੱਧਾ ਭੰਗੜਾ ਸਾਗ ਮੱਕੀ ਦੀ ਰੋਟੀ ਜਾ ਸਾਡੀ ਸੰਧ ਹੋਗੇ ਹਾਲ ਪੰਜਾਲੀਆਂ ਵੀ ਇਹ ਸਾਡਾ ਸੱਭਿਆਚਾਰ ਹੈ ਹੂੰ ਹੂੰ ਸੱਭਿਆਚਾਰ ਤਕਨੀਕ ਦੇ ਨਾਲ ਬਦਲ ਜਾਂਦਾ ਹੂੰ ਹੂੰ ਜੇ ਇੰਨਾ ਚੀਜ਼ਾਂ ਨੂੰ ਤੁਸੀਂ ਸੱਭਿਆਚਾਰ ਕਹਿੰਦੇ ਹੋ ਪਰ ਜਿਹੜੀ ਅਸਲ ਸਭਿਅਤਾ ਉਹ ਸਾਡੀਆਂ ਸਿੱਖਿਆਵਾਂ ਨੇ ਹੈਨਾ ਤਾਂ ਅੰਗਰੇਜ਼ੀ ਮਾਹੌਲ ਦੇ ਵਿੱਚ ਜਦੋਂ ਤੁਸੀਂ ਬੱਚੇ ਨੂੰ ਪਾਲਦੇ ਹੋ ਵੱਡਾ ਕਰਦੇ ਹੋ ਉਹਨੂੰ ਤੁਸੀਂ ਕਿਵੇਂ ਉਹ ਕਿੰਡਰਗਾਰਡਨ ਜਾਂਦਾ ਉਹਨੂੰ ਉੱਥੇ ਇਹ ਫਰਪਲ ਵੀ ਫੋਰ ਬੈਟ ਸਾਰਾ ਕੁਝ ਸਿਖਾ ਦੇਣਗੇ ਪਰ ਕਿਉਂ ਉਹਨੂੰ ਇੱਥੇ ਇਹ ਸਿਖਾ ਸਕਦੇ ਆ ਵੀ ਕੋਈ ਵੱਡਾ ਤੁਹਾਡੇ ਘਰੇ ਆਇਆ ਤਾਂ ਉਹਨੂੰ ਜੀ ਕਹਿ ਕੇ ਬੋਲਣਾ ਨਹੀਂ ਸਿਖਾ ਸਕਦੇ ਨਾ ਇਹ ਚੀਜ਼ਾਂ ਸਾਨੂੰ ਸਿਖਾਉਂਦਾ ਸਾਡਾ ਸੱਭਿਆਚਾਰ ਸੱਭਿਆਚਾਰ ਅਸੀਂ ਉਹਨੂੰ ਤਾਂ ਕਹਿ ਦਿੰਦੇ ਆ ਕਿਉਂਕਿ ਉਹਨਾਂ ਚੀਜ਼ਾਂ ਦੇ ਆਲੇ ਦੁਆਲੇ ਸਾਡੀਆਂ ਬਾਤਾਂ ਘੁੰਮਦੀਆਂ ਸਾਡੀਆਂ ਕਹਾਣੀਆਂ ਘੁੰਮਦੀਆਂ ਸਾਡੀ ਜ਼ਿੰਦਗੀ ਘੁੰਮਦੀ ਆ ਹੋਰ ਸਰੀਰਕ ਤੌਰ ਤੇ ਫਿਜ਼ੀਕਲੀ ਪੋਸੀਬਲ ਨਹੀਂ ਹੈ ਸਰੀਰਕ ਤੌਰ ਤੇ ਸੰਭਵ ਹੈ ਹੀ ਨਹੀਂ ਵੀ ਅਸੀਂ ਦੁਬਾਰਾ ਤੋਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਈਏ ਹੈਨਾ ਹੁਣ ਸਾਰਾ ਕੁਝ ਡਿਜੀਟਲ ਹੋ ਚੁੱਕਿਆ ਤਾਂ ਡਿਜੀਟਲਾਈਜ਼ ਕਰ ਉਹਨਾਂ ਗੱਲਾਂ ਨੂੰ ਡਿਜੀਟਲਾਈਜ਼ ਕਰਨ ਦਾ ਇਹੀ ਤਰੀਕਾ ਹੈ ਤੇ ਜੀ ਜੀ ਜਿਵੇਂ ਜਿਵੇਂ ਮਾਪਿਆਂ ਨੂੰ ਇਹ ਚੀਜ਼ ਜਦੋਂ ਉਹਨਾਂ ਨੂੰ ਮਿਲ ਗਈ ਉਹਨਾਂ ਨੇ ਆਪਣੇ ਬੱਚਿਆਂ ਤੱਕ ਪਹੁੰਚਾ ਦੇਣੀ ਆ ਸੋ ਇਹੀ ਸਾਡੀ ਸਟਰੈਟਜੀ ਆ ਮੇਰੀ ਸਟਰੈਟਜੀ ਇਹੀ ਆ ਵੀ ਬੱਚਿਆਂ ਤੱਕ ਇਦਾਂ ਪਹੁੰਚਣਾ ਇੱਕ ਵਾਰੀ ਪਹੁੰਚ ਗਏ ਫਿਰ ਬੱਚਿਆਂ ਨੇ ਹੁੱਕ ਹੋ ਜਾਣਾ ਬਿਲਕੁਲ ਜੀ ਬਿਲਕੁਲ ਇਹ ਇੱਕ ਵੱਡੀ ਗੱਲ ਹੈ ਇੱਕ ਲੜੀ ਹੈ ਇਹਦੇ ਵਿੱਚ ਜੋ ਲੜੀ ਨਾਲ ਜੁੜ ਜਾਂਦੇ ਆ ਤਾਂ ਫਿਰ ਉਹ ਨਵੇਂ ਤੋਂ ਨਵੇਂ ਸੀਜ਼ਨ ਉਡੀਕਦੇ ਰਹਿੰਦੇ ਆ ਤਾਂ ਫਿਰ ਮੈਨੂੰ ਲੱਗਦਾ ਤੁਹਾਡੇ ਤੇ ਵੀ ਪ੍ਰੈਸ਼ਰ ਬਣਨਾ ਵੀ ਅਸੀਂ ਬੱਚਿਆਂ ਲਈ ਨਵਾਂ ਤੋਂ ਨਵਾਂ ਛੇਤੀ ਤੋਂ ਛੇਤੀ ਕੀ ਲੈ ਕੇ ਆਈਏ ਸੋ ਹਾਂ ਜੀ ਕੋਈ ਲੈ ਕੇ ਆ ਰਹੇ ਆ ਦੁਨੀਆ ਕਾਇਮ ਜੀ ਸੌਰੀ ਬਾਜੀ ਮੈਂ ਤੁਹਾਡੀ ਗੱਲ ਵਿੱਚ ਹੀ ਕਰਤੀ ਉਹ ਹੀ ਨਾ ਹੋਸਟਾਂ ਵਾਲੀ ਆਦਤ ਜਾਂਦੀ ਨਹੀਂ ਹੈਗੀ ਹੁਣ ਭਾਵੇਂ ਦੂਜੀ ਪਾਸੇ ਬੈਠੀ ਆ ਪਰ ਵੱਧ ਬੋਲਣ ਵਾਲੀ ਆਦਤ ਜਾਂਦੀ ਨਹੀਂ ਮੇਰੀ ਕੋਈ ਚੱਕਰ ਅਮ ਦੂਸਰਾ 에ਸੀ ਨਾਲ ਦੀ ਨਾਲ ਇੱਕ ਹੋਰ ਮੈਂ ਦੱਸ ਦਿਆਂ ਕਿ ਪ੍ਰੋਜੈਕਟ ਲੈ ਕੇ ਆ ਰਹੇ ਆ ਤਿੰਨ ਇੱਕ ਹਫ਼ਤਿਆਂ ਤੱਕ ਜੀ 뮤직 ਦੇ ਨਾਲ ਸੋ ਗੀਤ ਜਿਹੜੇ ਨਰਸਰੀ ਰਾਈਮਸ ਆ ਉਹ ਵੀ ਲੈ ਕੇ ਆ ਰਹੇ ਆ ਕਿਉਂਕਿ ਉਹ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦੇ ਆ ਕਈ ਤਾਂ ਉਹਨਾਂ ਤੋਂ ਬਿਨਾਂ ਰੋਟੀ ਵੀ ਨਹੀਂ ਖਾਂਦੇ ਤੋ ਇਸ ਕਰਕੇ ਵੀ ਉਹ ਪੰਜਾਬੀ ਦੇ ਵਿੱਚ ਜ਼ਰੂਰੀ ਸੀ ਨਹੀਂ ਤਾਂ ਨਿਆਣੇ ਹਿੰਦੀ ਦੇ ਹੀ ਦੇਖਦੇ ਰਹਿੰਦੇ ਆ ਹਿੰਦੀ ਦੇਖ ਲੈ ਅੰਗਰੇਜ਼ੀ ਦੇਖ ਲੈ ਛੋਟਾ ਭੀਮ ਦੇਖ ਲਿਆ ਪਾਪਾ ਪਿਗ ਦੇਖ ਲਿਆ ਇਹ じゃ ਕੁਝ ਦੇਖਦੇ ਆ ਜੀ 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 ਨਹੀਂ ਉਮੀਦ ਆ ਜੀ ਛੇਤੀ ਇੱਕ ਕੋਈ ਇਹੋ ਜਿਹਾ ਕਰੈਕਟਰ ਤੁਸੀਂ ਵੀ ਖੜਾ ਕਰੋਗੇ ਜਿਹੜਾ ਜਿਵੇਂ ਬੱਚਿਆਂ ਨੂੰ ਅੱਜ ਹਰੇਕ ਬੱਚੇ ਨੂੰ ਪਾਪਾ ਪਿਗ ਬਾਰੇ ਪਤਾ ਤੇ ਜਾਂ ਛੋਟੇ ਭੀਮ ਬਾਰੇ ਪਤਾ ਤੇ ਇਦਾਂ ਦਾ ਕੋਈ ਸਾਡੇ ਪੰਜਾਬੀਆਂ ਦਾ ਵੀ ਇੱਕ ਕਰੈਕਟਰ ਖੜਾ ਹੋਵੇਗਾ ਛੇਤੀ ਤੇ ਉਹਦੇ ਤੇ ਤੁਸੀਂ ਵਰਕਆਊਟ ਕਰ ਰਹੇ ਹੋ ਮੈਨੂੰ ਪਤਾ ਪਰ ਜਿਹੜੀ ਮੈਂ ਐਨੀਮੇਸ਼ਨ ਦੀ ਗੱਲ ਤੇ ਫੇਰ ਆਉਣਾ ਐਨੀਮੇਸ਼ਨ ਦੇ ਜਿਹੜੇ ਸੋਰਸਸ ਆ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਹਾਇਰ ਕਰੋ ਤਾਂ ਮੈਨੂੰ ਨਹੀਂ ਲੱਗਦਾ ਅਫੋਰਡ ਕਰ ਸਕਾਂਗੇ ਅਸੀਂ ਕੋਈ ਵੀ ਨਹੀਂ ਕਰ ਸਕਦਾ ਤਾਂ ਫਿਰ ਉਹਦੇ ਲਈ ਤੁਸੀਂ ਕੀ ਹੱਲ ਕੀਤੇ ਹੋਏ ਆ? ਭਾਜੀ ਜਿਹੜੀ ਤਾਂ ਐਡੀਟਿੰਗ ਹੁੰਦੀ ਆ ਉਹ ਤਾਂ ਇੱਥੇ ਹੀ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਹੀ ਕਰਵਾਉਨੇ ਆ ਮਹਿੰਗਾ ਪੈਂਦਾ ਪਰ ਕੋਈ ਹੱਲ ਨਹੀਂ ਆ ਉਹਦਾ ਹੈਨਾ ਤੇ ਹੌਲੀ ਹੌਲੀ ਮੈਂ ਮੈਂ ਵੈਸੇ ਕੋਸ਼ਿਸ਼ ਕਰ ਰਹੀ ਆ ਆਪ ਸਿੱਖਣ ਦੀ ਕਿ ਮੈਂ ਆਪੇ ਹੀ ਸਿੱਖ ਲਵਾਂ ਤੇ ਆਪੇ ਹੀ ਸਾਰਾ ਕੰਮ ਹੋ ਜਾਵੇ ਤੇ ਦੋ ਵੀਰੇ ਨੇ ਇੱਕ ਤਾਂ ਪੰਜਾਬ ਤੋਂ ਆ ਤੇ ਇੱਕ ਪਾਕਿਸਤਾਨ ਤੋਂ ਆ ਉਹ ਦੋਨੋਂ ਜਾਣੇ ਗ੍ਰਾਫਿਕਸ ਦਾ ਕੰਮ ਕਰਦੇ ਆ ਤੇ ਉਹ ਦੋਨੋਂ ਬੜਾ ਵਧੀਆ ਕੰਮ ਕਰਦੇ ਆ ਇੱਕ ਵਾਰੀ ਦੱਸਣ ਦੀ ਲੋੜ ਪੈਂਦੀ ਆ ਪਹਿਲਾਂ ਹੋਰ ਵੀ ਕਈ ਜਗ੍ਹਾ ਵੇਖਿਆ ਸੀਗਾ ਜਿਵੇਂ ਆਪਣੇ ਲੋਕ ਨਾ ਬਹੁਤ ਘੱਟ ਕੰਮ ਕਰਦੇ ਆ ਇਹ ਵਾਲਾ ਗ੍ਰਾਫਿਕਸ ਦਾ ਐਨੀਮੇਸ਼ਨ ਦਾ ਇੱਧਰ ਨੂੰ ਘੱਟ ਗਏ ਆ ਪਰ ਬਹੁਤ ਘੱਟ ਗਏ ਆ ਤਾਂ ਜਦੋਂ ਕਿਸੇ ਗੋਰੇ ਨੂੰ ਹਾਇਰ ਕਰਨ ਦਾ ਸੋਚਿਆ ਪਹਿਲਾਂ ਇਹ ਸੋਚਿਆ ਪਹਿਲਾਂ ਕਿਸੇ ਗੋਰੇ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਵੀ ਕੋਈ ਚੱਕਰ ਹੀ ਨਹੀਂ ਵੀ ਮੈਂ ਕਰ ਦੂੰਗਾ ਤੁਸੀਂ ਮੈਨੂੰ ਸਟੋਰੀ ਦੱਸ ਦਿਓ ਹੁਣ ਮੈਂ ਉਹਨੂੰ ਸਟੋਰੀ ਕਿਵੇਂ ਸਮਝਾਵਾਂ ਦੋਗੜ ਹੀ ਆਪ ਨੂੰ ਹੀ ਨਹੀਂ ਅੰਗਰੇਜ਼ੀ ਪਤਾ ਲੱਗਦੀ ਹੈਗੀ ਉਹ ਸ਼ਬਦਾਂ ਦੀ ਵੀ ਦਾਨਾ ਸ਼ਾਹੂਕਰ ਕੀ ਹੁੰਦਾ ਹੁਣ ਹੁਣ ਮੈਂ ਸ਼ਾਹੂਕਰ ਦਾ ਇਹਨੂੰ ਕੀ ਦੱਸਾਂ ਫਿਰ ਮੈਂ ਉਹਨੂੰ ਹੱਟੀ ਦਾ ਕੀ ਦੱਸਾਂ ਵੀ ਹੱਟੀ ਕੀ ਹੁੰਦੀ ਆ ਹੱਟੀ ਤੇ ਜਿਹੜੀ ਦਰੀ ਪਈ ਆ ਹੁਣ ਇਹਨੂੰ ਕਿਵੇਂ ਸਮਝਾਵਾਂ ਤਾਂ ਉਹ ਜਿਹੜਾ ਗੈਪ ਸੀਗਾ ਨਾ ਕਮਿਊਨੀਕੇਸ਼ਨ ਗੈਪ ਉਹ ਬਹੁਤ ਜ਼ਿਆਦਾ ਸੀ ਉਹ ਸਮਝਾਉਣਾ ਬਹੁਤ ਔਖਾ ਸੀ ਤਾਂ ਇਸ ਕਰਕੇ ਫਿਰ ਸੋਚਿਆ ਵੀ ਨਹੀਂ ਥੋੜਾ ਟਾਈਮ ਹੋਰ ਲੱਗਿਆ ਪਰ ਪੰਜਾਬੀ ਦੋ ਵੀਰੇ ਲੱਭ ਗਏ ਵੀ ਜਿਹੜੇ ਕੰਮ ਕਰਨ ਨੂੰ ਉਹ ਵੀ ਪੈਸ਼ਨੇਟ ਨੇ ਪੂਰੀ ਤੇ ਉਹ ਵੀ ਬਹੁਤ ਸੋਣਾ ਕੰਮ ਕਰਦੇ ਆ। ਨਾ ਬਿਲਕੁਲ ਜੀ ਮੈਂ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਲੋਕਾਂ ਦੇ ਬਹੁਤ ਸਾਰੇ ਮੈਸੇਜ ਆ ਰਹੇ ਆ ਆਪਾਂ ਉਹ ਵੀ ਜਰੂਰ ਪੜਾਂਗੇ ਉਹਨਾਂ ਦੇ ਵੀ ਸ਼ਮੂਲੀਅਤ ਨਾਲ ਕਰਾਂਗੇ ਪਰ ਮੈਂ ਤੁਹਾਨੂੰ ਇੱਕ ਧੰਨਵਾਦ ਵੀ ਕਰਨਾ ਚਾਹਣਾ ਵੀ ਸਾਡੇ ਵੀ ਇੱਕ ਬੱਚੇ ਤੋਂ ਅੱਧੀ ਤੁਸੀਂ ਉਹ ਨਾ ਉਹ ਸੰਗ ਨਾਲ ਹੀ ਮਰਿਆ ਪਿਆ ਸੀ ਉਹਦੀ ਵੀ ਸੰਗ ਲਾਤੀ ਆ। ਮੈਂ ਦਿਵਿੰਦਰ ਢਾੜੀਵਾਲ ਦਾ ਨਾਮ ਕਰੂੰ ਲਊਗਾ ਉਹ ਚਲੋ ਮੇਰੀ ਮੈਂ ਉਹਦੇ ਜਿੰਨਾ ਵੀ ਆ ਵੀ ਬਹੁਤ ਨੇੜੇ ਤੋਂ ਮੈਂ ਉਹਦੇ ਨਾਲ ਜੁੜਿਆ ਹੋਇਆ ਦਿਲੋਂ ਵੀ ਤੇ ਇੱਕ ਇੱਕ ਖੂਨ ਦਾ ਰਿਸ਼ਤੇ ਵਰਗਾ ਉਹਦੇ ਨਾਲ ਰਿਸ਼ਤਾ ਬਣਿਆ ਹੋਇਆ ਮੇਰਾ 15 ਸਾਲ ਤੋਂ ਤੇ ਉਹਦੀ ਇੱਕੋ ਹੀ ਕਮੀ ਸੀ ਉਂਗਲ ਫੜ ਕੇ ਉਹਨੂੰ ਲਿਖਣ ਪੜਨ ਵਾਲੇ ਪਾਸੇ ਦਾ ਤੋਰ ਲਿਆ ਪਰ ਉਹਦੀ ਕਮੀ ਸੀ ਸੰਗ ਬਹੁਤ ਜ਼ਿਆਦਾ ਹੀ ਸੰਗਦਾ ਸੀ ਸ਼ਬਦ ਬੜੇ ਸੋਹਣੇ ਲਿਖਦਾ ਸੀ ਤੇ ਪਰ ਉਹ ਕਮਾਲ ਹੋਈ ਜਦੋਂ ਉਹਨੇ ਇਹਨੇ ਗਾ ਵੀ ਦਿੱਤਾ ਗਾਣਾ ਤੇ ਮੈਨੂੰ ਸੰਗਦੇ ਨੇ ਭੇਜ ਕੇ ਬਾਈ ਕੰਨਾ ਸੁਣ ਕੇ ਦੇਖੀ ਲੋਕ ਹੱਸਣਗੇ ਤਾਂ ਨਹੀਂ ਮੈਂ ਕਹਿੰਦਾ ਨਹੀਂ ਕੋਈ ਨਹੀਂ ਹਲਦਾ ਤੇ ਤੂੰ ਬਹੁਤ ਸੋਹਣਾ ਗਾਇਆ ਤੇ ਮੈਂ ਤੇ ਦੱਸਦਾ ਜੀ ਜਿਹੜਾ ਇਹਨਾਂ ਨੇ ਐਨੀ ਮੇਰੀ ਬਾਤ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਜਿਹੜਾ ਇੰਟਰੋਡਕਟਰੀ ਸੌਂਗ ਆ ਉਹ ਦਵਿੰਦਰ ਢਾੜੀਵਾਲ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਨੂੰ ਤਾਂ ਜਾਣਦੇ ਆ ਦਵਿੰਦਰ ਬਾਰੇ ਤੇ ਉਹਨਾਂ ਨੇ ਖੁਦ ਲਿਖਿਆ ਤੇ ਖੁਦ ਹੀ ਗਾਇਆ ਬਹੁਤ ਸੋਹਣਾ ਬਾਕਮਾਲ ਕੰਮ ਕੀਤਾ ਜੀ ਸੋ ਇਸ ਲਈ ਜੇ ਮੈਂ ਵਧਾਈ ਦੇਣਾ ਤੁਹਾਨੂੰ ਤੇ ਭਾਜੀ ਇੰਟਰਸਟਿੰਗ ਗੱਲ ਇਹ ਆ ਮੈਂ ਜਦੋਂ ਇਹ ਪ੍ਰੋਜੈਕਟ ਦਿਮਾਗ ਦੇ ਵਿੱਚ ਆਇਆ ਮੈਂ ਵੀਰੇ ਨੂੰ ਫੋਨ ਕੀਤਾ ਕਿਉਂਕਿ ਉਹੀ ਤੁਹਾਡੇ ਲਾਈਕ ਮਾਈਂਡਡ ਬੰਦੇ ਹੀ ਦਿਮਾਗ ਚਾਉਂਦੇ ਆ ਹਨਾ ਵੀ ਇਹਦੇ ਨਾਲ ਗੱਲ ਕਰਾਂ ਤਾਂ ਇਥੋਂ ਹੱਲਾਸ਼ੇਰੀ ਮਿਲੂਗੀ ਤੇ ਇਹਨੇ ਕੁਝ ਹੋਰ ਦੱਸ ਦੇਣਾ ਨਾ ਵੀਰੇ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਵੀ ਇਦਾਂ ਇਦਾਂ ਕਰਕੇ ਨਾ ਪ੍ਰੋਜੈਕਟ ਦਿਮਾਗ ਦੇ ਵਿੱਚ ਆਇਆ ਵੀ ਕਰੀਏ ਕੁਝ ਕਹਿੰਦਾ ਭੈਣੇ ਕਰ ਲੈਨੇ ਆ ਮੈਂ ਕਿਹਾ ਚਲੋ ਫਿਰ ਗੀਤ ਲਿਖੋ ਤੇ ਕਿੰਨੀ ਗੱਲ ਕਰਕੇ ਫੋਨ ਕੱਟਦਾ ਅਗਲੇ 3 ਮਿੰਟ ਦੇ ਵਿੱਚ ਵਿੱਚ ਗੀਤ ਲਿਖ ਕੇ ਭੇਜਦਾ ਹਾਂ ਇਦਾਂ ਹੀ ਕਰਦਾ ਉਹ ਕਮਾਲ ਹੈ ਤਾਂ ਫਿਰ ਉਹ ਫੁਰਤੀ ਜਦੋਂ ਗੁੜਤੀ ਫੁਰਤੀ ਦੀ ਮਿਲ ਗਈ ਪ੍ਰੋਜੈਕਟ ਨੂੰ ਤੇ ਫਿਰ ਉਹਨੇ ਅੱਗੇ ਦੌੜਨਾ ਹੀ ਸੀਗਾ ਫਿਰ ਅਸੀਂ ਹੋਰ ਕਾਲੀ ਕਰਤੀ ਵੀ ਚਲੋ ਚਲੋ ਹਣੇ ਨੂੰ ਰਿਕਾਰਡ ਵੀ ਕਰੋ ਇਹਨੂੰ ਆ ਵੀ ਕਰੋ ਵੀ ਕਰੋ ਤੇ ਉਹ ਉਹ ਸੋਹਣਾ ਕੰਮ ਹੋ ਗਿਆ ਨਹੀਂ ਨਹੀਂ ਬਹੁਤ ਸੋਹਣਾ ਗਾਇਆ ਵੀ ਉਹਨਾਂ ਦੀ ਆਵਾਜ਼ ਬੜੀ ਵਧੀਆ ਉਹ ਥੋੜਾ ਜਿਹਾ ਇਹੀ ਹੈ ਵੀ ਹਜੇ ਉਹ ਇੱਕ ਲਾਪਰਵਾਹ ਹੁੰਦਾ ਮੈਂ ਉਹਨੂੰ ਬੇਪਰਵਾਹ ਇਨਸਾਨ ਦੇ ਤੌਰ ਤੇ ਜਾਣਨਾ ਉਹਦੀ ਬੇਪਰਵਾਹੀ ਹੈ ਵੀ ਜਿਹੜਾ ਉਹ 15 12 ਸਾਲ ਆਸਟ੍ਰੇਲੀਆ ਲਾ ਕੇ ਫਿਰ ਇੰਡੀਆ ਬੈਠਾ ਉਹਦੀ ਉਹ ਬੇਪਰਵਾਹੀ ਦਾ ਨਤੀਜਾ ਪਰ ਉਹ ਖੁਸ਼ ਹੈ ਇਸ ਪੇ ਪਰ ਇਹ ਕਮਰਸ਼ੀਅਲ ਨਹੀਂ ਹੈ ਇੱਕ ਇਹ ਜਿਹੜੇ ਉਹ ਦਿਲ ਦਾ ਸਾਫ ਹੈ ਕਮਰਸ਼ੀਅਲ ਨਹੀਂ ਹੈ ਸੋ ਇਹੀ ਪ੍ਰੋਬਲਮ ਹੈ ਵੀ ਜਦੋਂ ਅ ਬੰਦਾ ਕਮਰਸ਼ੀਅਲ ਨਹੀਂ ਹੁੰਦਾ ਨਾ ਤਾਂ ਉਦੋਂ ਕਾਫੀ ਚੀਜ਼ਾਂ ਚ ਪਿੱਛੇ ਰਹਿ ਜਾਂਦਾ ਉਹਨੂੰ ਪੈਸੇ ਦਾ ਨਾ ਤਾਂ ਪੈਸੇ ਦਾ ਮੋਹ ਹੈ ਤੇ ਨਾ ਕਦੇ ਪੈਸੇ ਵਾਲਿਆਂ ਦੇ ਪਿੱਛੇ ਭੱਜਿਆ ਤੇ ਨਾ ਉਹ ਕੋਈ ਵੀ ਕਿਸੇ ਦੀ ਜੀ ਹਜ਼ੂਰੀ ਵੀ ਨਹੀਂ ਕਰਨੀ ਆਉਂਦੀ ਵੀ ਯਾ ਨਾ ਕਿਸੇ ਦੇ ਮਾੜੇ-ਮੋਢੇ ਪੈਰ ਫੜ ਕੇ ਕੋਈ ਕੰਮ ਕਰ ਲਵੇ ਨਾ ਤੇ ਨਾ ਉਹ ਉਹਦਾ ਮਤਲਬ ਆਪਾਂ ਸਾਰੇ ਇੱਕੋ ਕੈਟਾਗਰੀ ਦੇ ਵਿੱਚ ਆਉਂਦੇ ਆ ਵੀ ਜ਼ਮੀਰ ਵੀ ਇਜਾਜ਼ਤ ਨਹੀਂ ਦਿੰਦਾ ਹੈਗਾ ਵੀ ਇਦਾਂ ਦੇ ਗਾਣੇ ਲਿਖੇ ਤੇ ਗਾਏ ਜਾਣ ਵੀ ਜਿਹੜੇ ਜਿਨ੍ਹਾਂ ਦੀ ਅੱਜ ਕੱਲ ਡਿਮਾਂਡ ਹੈ ਤੇ ਜਿਹੜੇ ਪਰਿਵਾਰ 'ਚ ਬੈ ਕੇ ਸੁਣੇ ਨਹੀਂ ਜਾ ਸਕਦੇ ਹੈਨਾ ਸੋ ਨਾ ਉਹਨੇ ਉਹ ਕੰਮ ਕੀਤਾ ਤਾਂ ਮੈਨੂੰ ਲੱਗਦਾ ਵੀ ਨਹੀਂ ਵੀ ਉਹਨੇ ਉਹ ਕੰਮ ਕਰਨਾ ਪਰ ਅਸੀਂ ਜਿਹੜੀਆਂ ਰਾਈਮਜ਼ ਆਏ ਅਸੀਂ ਹੁਣ ਇਕੱਠੇ ਕਰ ਰਹੇ ਆ ਵੀਰੇ ਦੇ ਵੀ ਘਰ ਬੇਟੀ ਹੋਈ ਐ ਤਾਂ ਹੁਣ ਦਿਮਾਗ ਸਾਰਿਆਂ ਦਾ ਹੀ ਉਧਰ ਨੂੰ ਹੋ ਪਿਆ ਵੀ ਨਹੀਂ ਹੁਣ ਆਪਦੇ ਬਾਰੇ ਤਾਂ ਚਲੋ ਜੋ ਸੀ ਉਹ ਸੀ ਹੁਣ ਜਵਾਕਾਂ ਦਾ ਸੋਚਣਾ ਜ਼ਰੂਰੀ ਹੈ ਨਾਈਸ ਕਰਕੇ ਵੀ ਹੁਣ ਇਧਰ ਨੂੰ ਹੋਏ ਪਏ ਆ ਹਾਂ ਬਿਲਕੁਲ ਜੀ ਮੈਂ ਜਿਹੜੇ ਸਾਡੇ ਨਵੇਂ ਲੋਕ ਸਾਡੇ ਨਾਲ ਜੁੜਿਆ ਉਹਨਾਂ ਨੂੰ ਦੱਸ ਦਿਆਂ ਵੀ ਦਵਿੰਦਰ ਢਾੜੀਵਾਲ ਜਿਹੜੇ ਕੀ ਤਕਰੀਬਨ ਅਸੀਂ 2007-08 ਤੋਂ ਇੱਥੇ ਆਸਟ੍ਰੇਲੀਆ ਤੇ ਰਹਿ ਰਹੇ ਸੀ ਇਕੱਠੇ ਇੱਥੇ ਆ ਕੇ ਸਾਡੀ ਸਾਂਝ ਬਣੀ ਲਿਖਣ ਪੜਨ ਦਾ ਇਕੱਠਾ ਸ਼ੁਰੂ ਕੀਤਾ ਚਲੋ ਉਹਦੇ ਚ ਉਹਨਾਂ ਨੇ ਬਹੁਤ ਸੋਹਣੀ ਉਹਨਾਂ ਨੂੰ ਮੈਂ ਡੇ 1 ਤੋਂ ਜਿਸ ਦਿਨ ਉਹਨਾਂ ਦੀ ਪਹਿਲੀ ਚੀਜ਼ ਦੇਖੀ ਸੀ ਉਸ ਦਿਨ ਮੈਂ ਕਹਿਤਾ ਸੀ ਵੀ ਜਦੋਂ ਪੰਜਾਬੀ ਮਾਂ ਬੋਲੀ ਆਸਟ੍ਰੇਲੀਆ ਦਾ ਕੋਈ ਹਸਾਬ ਕਿਤਾਬ ਕਰੂਗੀ ਨਾ ਉਦੋਂ ਮੇਰੇ ਵਰਗੇ ਨੂੰ ਕੋਈ ਯਾਦ ਕਰੇ ਨਾ ਕਰੇ ਪਰ ਦਵਿੰਦਰ ਦੀ ਕਲਮ ਜ਼ਰੂਰ ਖੜੀ ਹੋ ਕੇ ਬੋਲੂਗੀ ਕਿਉਂਕਿ ਮੈਨੂੰ ਉਹਦੇ ਚੋਂ ਦਿਖ ਗਿਆ ਸੀਗਾ ਮੈਂ ਅੱਜ ਨਹੀਂ ਅੱਜ ਤੋਂ 10 ਸਾਲ ਪਹਿਲਾਂ ਲਿਖਦਾ ਸੀ ਤਾਂ ਉਹਨਾਂ ਨੇ ਬਹੁਤ ਸੋਹਣਾ ਪਿੱਛੇ ਦੇ ਚੱਲ ਮੇਰਾ ਪੁੱਤ ਜਿਹੜੀ ਫਿਲਮ ਆਈ ਸੀ ਉਹ ਚ ਵੀ ਬਹੁਤ ਸੋਹਣਾ ਉਹਨਾਂ ਦਾ ਗੀਤ ਸੀ ਤੇ ਆਪਾਂ ਪਿੰਡ ਆਸਟ੍ਰੇਲੀਆ ਤੇ ਵੀ ਉਹਨਾਂ ਦੇ ਦੋ ਤਿੰਨ ਗੀਤ ਪਹਿਲਾਂ ਰਿਲੀਜ਼ ਕਰ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਚਾਰ ਗੀਤ ਉਹਨਾਂ ਦੇ ਜਿਹੜੇ ਆਲਰੇਡੀ ਰਿਕਾਰਡ ਹੋਏ ਪਏ ਆ ਜਿਹੜੇ ਕੀ ਤੁਸੀਂ ਆਪ ਹੀ ਮਿਆਰ ਤੇ ਸ਼ਬਦਾਂ ਦੀ ਤੇ ਜਿਹੜੀ ਉਹਦੇ ਵਿੱਚ ਤੁਸੀਂ ਦੇਖੋਗੇ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਚਲੋ ਆਪਾਂ ਮੁੱਦੇ ਤੇ ਆਉਣੇ ਆ ਜੀ ਐਪ ਦੇਤੇ ਤੇ ਐਪ ਦੇ ਮਾਮਲੇ ਤੇ ਜਿਹੜੇ ਸਾਡੇ ਸੱਜਣ ਮਿੱਤਰ ਜੁੜੇ ਆ ਸੁਖਚੈਨ ਸਿੰਘ ਕੋਲ ਜੁੜੇ ਆ ਕਹਿੰਦੇ ਜੀ ਬਹੁਤ ਵਧੀਆ ਜੀ ਕਹਿੰਦੇ ਬਹੁਤ ਸੋਹਣਾ ਪਰਾਲਾ ਸਮੇਂ ਦੀ ਮੰਗ ਸੀ ਕਰਨੈਲ ਸਿੰਘ ਜੁੜੇ ਆ ਜੀ ਕਹਿੰਦੇ ਆਪਣੇ ਬੋਲੀ ਪ੍ਰਤੀ ਸੁਰਦ ਸੁਚੇਤ ਹੋਣ ਲਈ ਤੁਹਾਨੂੰ ਸਲੂਟ ਆ ਜੀ ਮਿੰਟੂ ਜੀ ਵੱਖ-ਵੱਖ ਥਾਂ ਆਪਣੀ ਸ਼ਕਤੀ ਬਹੁਤ ਸਾਰੇ ਬੋਲੀਆਂ ਪਿਆਰਾਂ ਵੱਲੋਂ ਲਗਾਈ ਜਾਣ ਵਾਲੇ ਸੰਸਾਰ ਪੱਧਰ ਤੇ ਇੱਕ ਜਗ੍ਹਾ ਇੱਕ ਸੰਸਥਾ ਰਹੀਂ ਲਾਈਵ ਲਾਈ ਜਾਵੇ ਠੀਕ ਰਹੇਗਾ ਤੁਹਾਡਾ ਕੀ ਵਿਚਾਰਾ ਬਿਲਕੁਲ ਜੀ ਇਹ ਵੀ ਇੱਕ ਵੱਖਰੀ ਸੋਚ ਆ ਜੀ ਬਹੁਤਾ ਸੋਹਣਾ ਪ੍ਰਾਲਾ ਜਤਵਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਇਹ ਕਹਿੰਦੇ ਇੱਕ ਵੱਡਾ ਖਲਾਅ ਪੂਰੇਗਾ ਇਹ ਖਲਾਅ ਬਿਲਕੁਲ ਖਲਾਅ ਸੀ ਇੱਥੇ ਇੱਕ ਇੱਕ ਪਾੜਾ ਸੀ ਜਿਹਨਾਂ ਨੂੰ ਅਸੀਂ ਚਿੰਤਨ ਰਹਿ ਕਰ ਲੈਂਦਾ ਸੀ ਪਰ ਉਹਦੇ ਚ ਉਸ ਨੂੰ ਕਹਿੰਦੇ ਨਹੀਂ ਉਸ ਗਰਕ ਦੇ ਵਿੱਚ ਵੜਨ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕੋਈ ਸੋ ਇਸ ਕਰਕੇ ਖਲਾਅ ਪੂਰਨ ਦੀ ਤੁਸੀਂ ਹਿੰਮਤ ਕਰੀ ਆ ਬਹੁਤ ਵਧੀਆ ਜੀ ਅ ਕਹਿੰਦੇ ਸਿਡਨੀ ਦੀ ਕੋਈ ਸੰਸਥਾ ਦੀ ਇਹਨਾਂ ਨੇ ਗੱਲ ਕੀਤੀ ਹੈ ਜੀ ਕਾਇਦੇ ਨੂਰ ਬਣੀਆ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਜੀ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਕਹਿੰਦੇ ਜੀ ਇੱਕ ਬੇਨਤੀ ਕਰ ਰਿਹਾ ਆਜਾਦਵੰਦਰ ਸਿੰਘ ਨੇ ਇੱਕ ਵਾਰ ਸਕ੍ਰਿਪਟ ਮੈਨੂੰ ਵੀ ਭੇਜ ਦਿਆ ਕਰੋ ਕਈ ਵਾਰ ਕੁਝ ਸ਼ਬਦ ਹੋਰ ਸ਼ੁੱਧ ਹੋ ਸਕਣ ਬਿਲਕੁਲ ਜੀ ਤੁਸੀਂ ਵਲੰਟੀਅਰਲੀ ਜਿਹੜੀ ਵੀ ਮਦਦ ਕਰ ਸਕਦੇ ਹੋ ਜਰੂਰ ਕਰੋ ਜੀ ਤੇ ਲਾਬਰੀਤ ਪੰਜਾਬੀ ਪੰਜਾਬੀਤ ਨੂੰ ਜਿੰਦਾਬਾਦ ਕਹਿ ਰਹੇ ਆ ਜੀ ਤੇ ਇੰਦਰ ਸੁਖਰਾਜ ਸਿੰਘ ਕਹਿੰਦੇ ਆ ਰੂਪ ਸਿੱਧੂ ਯੂ ਆਰ ਡੂਇੰਗ ਗ੍ਰੇਟ ਕੀਪ ਇਟ ਅਪ ਗੁੱਡ ਵਰਕ ਬਿਲਕੁਲ ਜੀ ਤੇ ਗੁਰਜੰਤ ਸਿੰਘ ਕਹਿੰਦੇ ਬਹੁਤ ਵਧੀਆ ਪਰਾਲਾ ਜੀ ਵਾਹਿਗੁਰੂ ਕਿਰਪਾ ਕਰਨ ਸੋ ਸੋਹਣਾ ਸੱਜਣ ਮਿੱਤਰ ਜਿਹੜੇ ਲਾਈਵ ਜੁੜੇ ਆ ਤੇ ਪਰ ਇਹ ਸ਼ੋ ਲਗਾਤਾਰ ਦੇਖਦੇ ਰਹਿਣੇ ਆ ਤੇ ਪਰ ਮੈਂ ਇੱਥੇ ਨਾ ਅੱਗੇ ਗੱਲ ਕਰਨ ਤੋਂ ਪਹਿਲਾਂ ਇੱਕ ਸੰਜੋਗ ਹੋਰ ਦੱਸਦਾ ਆ ਰੂਪ ਤੁਹਾਨੂੰ ਪਿੰਡੂ ਸਟ੍ਰੇਲੀਆ ਨਾਲ ਅਸੀਂ ਦੇਖ ਲਓ 5-6 ਸਾਲਾਂ ਤੋਂ ਜੋ ਵੀ ਸੇਵਾ ਕਰਨੀਆਂ ਕਰਦੇ ਆ ਰਹੇ ਆ ਇਸ ਦੌਰਾਨ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹਾਲੇ ਤਾਂ ਸ਼ੁਰੂਆਤਾਂ ਨੇ ਕੀਤਾ ਤਾਂ ਬੜੇ ਵੱਡੇ ਪੱਧਰ ਲਈ ਸੀ ਵੀ ਆਪਾਂ ਹਰ ਵੀਕ ਕੋਈ ਨਾ ਕੋਈ ਉਹ ਜਿਹੇ ਬੰਦਿਆਂ ਨਾਲ ਗੱਲਬਾਤ ਕਰਿਆ ਕਰਾਂਗੇ ਜਿਹੜੇ ਕੁਝ ਨਮਾ ਕਰਦੇ ਆ ਪਰ ਵਿਦੇਸ਼ ਦੀਆਂ ਮਜਬੂਰੀਆਂ ਕੁਝ ਕੋਵਿਡ ਆ ਗਿਆ ਉਸ ਤੋਂ ਬਾਅਦ ਕਈ ਚੀਜ਼ਾਂ ਕਰਕੇ ਅਸੀਂ ਕਰ ਨਹੀਂ ਪਾਏ ਤੇ ਹਰਾਨੀ ਇਸ ਗੱਲ ਦੀ ਹੁਣ ਤੱਕ ਹੋਏ 3-4 ਪ੍ਰੋਗਰਾਮਾਂ 'ਚ ਜਾਦਾ ਬੀਬੀਆਂ ਤੇ ਆ ਪਹਿਲਾ ਪ੍ਰੋਗਰਾਮ ਡਾਕਟਰ ਪਰਵਿੰਦਰ ਕੌਰ ਪાર્થ ਤੋਂ ਉਹਨਾਂ ਨੇ ਬਹੁਤ ਵਾਕਮਾਲ ਕੰਮ ਕੀਤਾ ਜੀ ਜਿਹੜਾ ਉਹ ਉਹਨਾਂ ਨੇ ਸਾਇੰਟਿਸਟ ਦੇ ਤੌਰ ਤੇ ਦਿੱਤੇ ਫੇਰ ਸਾਡੀ ਅਗਲੀ ਗਗਨ ਨਾਲ ਹੋਈ ਗਗਨ ਸਰਾਨਾ ਜਿਨ੍ਹਾਂ ਨੇ ਕੀ ਵਿਰਾਸਤ ਨਾਂ ਦੀ ਐਪ ਬਣਾਈ ਪਿਛਲੇ ਦਿਨੀ ਅਸੀਂ ਇੰਟਰਵਿਊ ਕੀਤੀ ਉਹਨਾਂ ਦੀ ਉਹਨਾਂ ਦਾ ਵਾਕਮਾਲ ਕੰਮ ਆ ਤੇ ਹੁਣ ਤੀਜੀ ਵਾਰੀ ਰੂਪ ਕਰਦੀ ਆ ਗਈ ਤੇ ਇਹਦਾ ਮਤਲਬ ਸਾਨੂੰ ਹੁਣ ਮੁੰਡਿਆਂ ਨੂੰ ਕੋਈ ਸੋਚਣਾ ਪੈਣਾ ਵੀ ਸਾਡੀਆਂ ਬੀਬੀਆਂ ਕਿੰਨੀ ਜ਼ਬਰਦਸਤ ਸ਼ੁਰੂਆਤ ਕਰ ਰਹੀਆਂ ਤੇ ਸਾਨੂੰ ਕਿਉਂ ਨਾ ਕਰਨੀ ਚਾਹ ਪਵੇ ਸਾਨੂੰ ਕਿਉਂ ਨਹੀਂ ਇਹ ਜਿਹੇ ਉਪਰਾਲੇ ਕਰਨੇ ਚਾਹੀਦੇ ਸੋ ਰੂਪ ਜਿਹੜੀਆਂ ਇਸ ਕਾਰਜ ਦੇ ਵਿੱਚ ਤੁਸੀਂ ਇਹ ਸਾਨੂੰ ਜ਼ਰੂਰ ਦੱਸਿਓ ਔਕੜਾਂ ਦਾ ਆਈਆਂ ਆਈਆਂ ਹੋਣੀਆਂ ਪਰ ਜੇ ਜ ਇਹ ਜਿਹੀਆਂ ਔਕੜਾਂ ਕੋਈ ਜਿਹੜੀਆਂ ਜਿਸੀਂ ਰਲ ਮਿਲ ਕੇ ਤੁਹਾਡਾ ਸਾਥ ਦੇ ਸਕੀਏ ਸਾਡੇ ਦਰਸ਼ਕ ਸੁਣਨ ਵਾਲੇ ਸਾਡੇ ਸਰੋਤੇ ਉਹ ਕਿਤੇ ਨਾ ਕਿਤੇ ਕੋਈ ਤੁਹਾਡਾ ਸਾਥ ਦੇ ਸਕਣ ਉਹ ਕੀ ਕੀ ਤੁਸੀਂ ਚਾਹੁੰਦੇ ਹੋ ਭਾਜੀ ਸਾਰਿਆਂ ਤੋਂ ਵੱਡਾ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਜੇ ਇਹ ਪਹੁੰਚ ਜਾਵੇ ਹੈਨਾ ਪੰਜਾਬੀ ਦੀ ਉਹ ਕਹਾਵਤ ਹੁੰਦੀ ਹੈ ਨਾ ਵੀ ਯੂ ਡੋਨਟ ਨੋ ਵਾਟ ਯੂ ਡੋਨਟ ਨੋ ਤਾਂ ਬਹੁਤੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਆਈ ਹੈ ਤਾਂ ਉਹ ਦੇਖਣਗੇ ਵੀ ਕਿਵੇਂ ਸੋ ਲੋਕਾਂ ਤੱਕ ਪਹੁੰਚਾਉਣਾ ਵੀ ਲੋਕਾਂ ਦੇ ਸਾਥ ਦੇ ਨਾਲ ਹੀ ਹੋਣਾ ਹੈ ਹੈਨਾ ਮੈਨੂੰ ਬੱਚੇ ਵੀਡੀਓਜ਼ ਬੱਚਿਆਂ ਦੀ ਲੋਕ ਵੀਡੀਓਜ਼ ਬਣਾ ਕੇ ਭੇਜਦੇ ਆ ਤੁ ਲੋਕ ਮੈਨੂੰ ਤੁਸੀਂ ਜੇ ਦੇਖ ਰਹੇ ਹੋ ਤੁਹਾਡੇ ਘਰ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਬੱਚੇ ਆ ਉਹਨਾਂ ਦੀ ਵੀਡੀਓਜ਼ ਬਣਾ ਕੇ ਭੇਜੋ ਤਾਂ ਉਹਦੇ ਨਾਲ ਬੱਚਿਆਂ ਨੂੰ ਵੀ ਹੌਸਲਾ ਮਿਲਦਾ ਵੀ ਹਾਂ ਅਸੀਂ ਅਸੀਂ ਮਤਲਬ ਬਹੁਤ ਹੀ ਵੱਡੀ ਗੱਲ ਤਾਂ ਨਹੀਂ ਹੈਗੀ ਅੱਜ ਕੱਲ ਤਾਂ ਹਰੇਕ ਦੇ ਹੱਥ ਦੇ ਵਿੱਚ ਟੀਵੀ ਆ ਹਰੇਕ ਦੇ ਹੱਥ ਦੇ ਵਿੱਚ ਕਹੋ ਫੋਨ ਨੇ ਹਨਾ ਵੀ ਵੀਡੀਓ YouTube ਆ ਪਰ ਫਿਰ ਵੀ ਬੱਚਿਆਂ ਨੂੰ ਲੱਗਦਾ ਕਿ ਮੈਂ ਟੀਵੀ ਤੇ ਆਇਆ ਹਨਾ ਤਾਂ ਉਹਦੇ ਨਾਲ ਇੱਕ ਤਾਂ ਬੱਚਿਆਂ ਨੂੰ ਹੌਸਲਾ ਫਜ਼ਾਈ ਮਿਲੂਗੀ ਐਂਡ THEN ਉਹ ਕੁਝ ਚੰਗੀ ਚੀਜ਼ ਦੇਖਣਗੇ ਸਿੱਖਣਗੇ ਅ ਦੂਸਰੀ ਜਿਹੜੀ ਚੀਜ਼ ਹੈ ਉਹ ਹੈਗੀ ਆ ਵੀ ਹਾਲੇ ਤਾਂ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੈ ਮੈਂ ਵੀ ਹਿੰਦੀ ਦਾ ਸਹਾਰਾ ਲੈ ਰਹੀ ਆ ਪਰ ਜੇ ਕੋਈ ਬਿਜ਼ਨਸ ਸਪான்ਸਰ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਵੀ ਮਤਲਬ ਕੋਈ ਗੱਲ ਜੇ ਕੋਈ ਕਰਨਾ ਚਾਹੁੰਦਾ ਮੈਂ ਹਾਲੇ ਉੱਤੇ ਤੱਕ ਪਹੁੰਚੇ ਨਹੀਂ ਹੈਗੇ ਉਹ ਹੀ ਗੱਲ ਵੀ ਸੰਗਜੀ ਵੀ ਲੱਗਦੀ ਆ ਗੱਲ ਕਹਿੰਦਿਆਂ ਨੂੰ ਪਰ ਵੀ ਜੇ ਕੋਈ ਮਦਦ ਕਰਨਾ ਚਾਹੁੰਦਾ ਇਹਨੂੰ ਇਹਨੂੰ ਹੋਰ ਵਰਡਸ ਦੇ ਵਿੱਚ ਪਾਦਨੇ ਜੇ ਕੋਈ ਮਦਦ ਕਰਨਾ ਜੀ ਬਿਲਕੁਲ ਸਹੀ ਤੇ ਤੀਸਰੀ ਗੱਲ ਜੇ ਕੋਈ ਬੱਚੇ ਆ ਜਿਹੜੇ ਆਪਣੀ ਆਵਾਜ਼ ਦੇਣਾ ਚਾਹੁੰਦੇ ਆ ਕਹਾਣੀਆਂ ਦੇ ਵਾਸਤੇ ਤਾਂ ਉਹ ਵੀ ਇੱਕ ਆਪਸ਼ਨ ਹੈ ਕੀ ਆ ਹੂੰ ਸੋ ਬਹੁਤ ਵਧੀਆ ਜੀ ਮੇਰਾ ਮੈਂ ਇਹਨੂੰ ਹੋਰ ਜੇ ਸਿੰਪਲੀਫਾਈ ਕਰਦਾਂ ਤਾਂ ਲਾਈਕ ਸ਼ੇਅਰ ਦਾ ਜ਼ਮਾਨਾ ਤੇ ਲਾਈਕ ਸ਼ੇਅਰ ਬਿਨਾ ਲੋਕਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ ਜੇ ਤੁਸੀਂ ਚਾਹੋ ਨੇ ਵੀ ਤੁਹਾਡੇ ਬੱਚੇ ਇਹ ਦੇਖ ਰਹੇ ਆ ਤੇ ਹੋਰਾਂ ਦੇ ਬੱਚਾਂ ਤੱਕ ਵੀ ਪਹੁੰਚਦੀ ਕਰੋ ਫਿਰ ਬੱਚੇ ਆਪੇ ਉਹ ਵਰਡ ਆਫ ਮਾਊਥ ਦੀ ਗੱਲ ਵੀ ਚੱਲ ਪੂਗੀ ਤਾ ਫੇਰ ਆਪੇ ਘਰ ਘਰ ਜਿਹੜੀਆਂ ਕਹਾਣੀਆਂ ਚੱਲ ਪੈਣੀਆਂ ਸੋ ਹੁਣ ਤੁਸੀਂ ਇਹ ਤਾਂ ਇਹ ਤਾਂ ਮੈਨੂੰ ਉਮੀਦ ਆ ਵੀ ਜਦੋਂ ਕਾਰਜ ਅੱਗੇ ਵਧਿਆ ਤੇ ਲਾਈਕ ਸ਼ੇਅਰ ਹੋਣੇ ਸ਼ੁਰੂ ਹੋ ਜਾਣਗੇ ਸਾਰਾ ਕੁਝ ਹੋਊਗਾ ਟਾਈਮ ਲੱਗੂਗਾ ਚੰਗੀ ਚੀਜ਼ ਨੂੰ ਟਾਈਮ ਲੱਗਦਾ ਠੀਕ ਆ ਮਿਲੀਆਨਾ ਚਾਹਨਾ ਹੋਣਗੇ ਤੇ ਪਰ ਜਿਹੜੇ ਹਜ਼ਾਰਾਂ ਲੱਖਾਂ ਚਾਹਣਗੇ ਉਹ ਸਾਰਥਕ ਹੋਣਗੇ ਪਰ ਹੁਣ ਇਹਦੇ ਪਿੱਛੇ ਜੇ ਆਪਾਂ ਕੰਮ ਇਹ ਦੇਖੀਏ ਵੀ ਤੁਸੀਂ ਹੁਣ ਜਿਵੇਂ ਬੰજારਾ ਬੇਦੀ ਜੀ ਹੋਰਾਂ ਦੀ ਜਿਹੜੀਆਂ ਬਾਤਾਂ ਉਹ ਸ਼ੇਅਰ ਕੀਤੀ ਆ ਤੇ ਹੁਣ ਅੱਗੇ ਹੋਰ ਤੁਸੀਂ ਕੀ ਕੀ ਸੋਚਦੇ ਹੋ ਤੁਸੀਂ ਕੋਈ ਚੰਗਾ ਅੱਜ ਦੇ ਰਾਈਟਰ ਵੀ ਕੋਈ ਬੱਚਿਆਂ ਲਈ ਲਿਖ ਰਿਹਾ ਜਾਂ ਤੁਸੀਂ ਪ੍ਰਾਣਿਆਂ ਨੂੰ ਕਰੋਗੇ ਜਾਂ ਕੀ ਇਹਦਾ ਕੀ ਮੈਥਡ ਰੱਖਿਆ ਤੁਸੀਂ ਕਹਾਣੀਆਂ ਰਿਕਾਰਡ ਕਰਨ ਦਾ ਕਿੰਨੀ ਕਿੰਨੀ ਚਾਹੁੰਦੇ ਹਾਂ ਹਾਂਜੀ ਫਿਲਹਾਲ ਤਾਂ ਬੰਜਾਰਾ ਬੇਦੀ ਜੀ ਨੇ ਆਪਾਂ ਨੂੰ ਨਾ ਇੱਕ ਖਜ਼ਾਨਾ ਦਿੱਤਾ ਬਹੁਤ ਜ਼ਿਆਦਾ ਉਹਨਾਂ ਨੇ ਲੋਕ ਸਾਹਿਤ ਇਕੱਠਾ ਕੀਤਾ ਚਾਹੇ ਉਹ ਕਹਾਣੀਆਂ ਨੇ ਚਾਹੇ ਉਹ ਪ੍ਰਾਣੇ ਸ਼ਬਦ ਨੇ ਚਾਹੇ ਉਹ ਲੋਕ ਗਾਥਾਵਾਂ ਨੇ ਉਹਨਾਂ ਨੇ ਬਹੁਤ ਸਾਰਾ ਕੁਝ ਇਕੱਠਾ ਕੀਤਾ ਸੁਖਦੇਵ ਮਾਦਪੁਰੀ ਜੀ ਨੇ ਬਹੁਤ ਕੁਝ ਇਕੱਠਾ ਕੀਤਾ ਸੋ ਏਦਾਂ ਦੇ ਜਿਹੜੇ ਰਾਈਟਰ ਆ ਪਹਿਲਾਂ ਤਾਂ ਉਹਨਾਂ ਦੀਆਂ ਲਿਖਤਾਂ ਜੋ ਉਹਨਾਂ ਨੇ ਇਕੱਤਰ ਕੀਤੀਆਂ ਇਹ ਕਹਾਣੀਆਂ ਇਹ ਲੋਕ ਕਹਾਣੀਆਂ ਸੀ ਇਹ ਆ ਲੋਕਾਂ ਦੀ ਜ਼ੁਬਾਨ ਤੇ ਸੀ ਪਰ ਲਿਖੀਆਂ ਨਹੀਂ ਸੀ ਹੋਈਆਂ ਬੰਜਾਰਾ ਬੇਦੀ ਜੀ ਨੇ ਆਪਣੀ ਸਾਰੀ ਜ਼ਿੰਦਗੀ ਇਸ ਚੀਜ਼ ਚ ਲਾਤੀ ਉਹਨਾਂ ਨੇ ਸਾਰੀ ਜ਼ਿੰਦਗੀ ਟਰੈਵਲ ਹੀ ਕੀਤਾ ਇੱਕ ਪਿੰਡ ਤੋਂ ਦੂਜੇ ਪਿੰਡ ਤੋਂ ਤੀਜੇ ਪਿੰਡ ਹਨਾ ਤਾਂ ਲੋਕਾਂ ਲੋਕਾਂ ਨੂੰ ਹੀ ਦੇਤਾ ਦਿੱਤਾ ਪਰ ਕਹਿ ਲਓ ਕਿ 50 ਸਾਲ ਅਸੀਂ ਇਹਦੀ ਕਦਰ ਨਹੀਂ ਪਾਈ 50 60 ਸਾਲ ਅਸੀਂ ਇਹਦੀ ਕਦਰ ਨਹੀਂ ਪਾਈ ਹੈਗੀ ਹੁਣ ਜਾ ਕੇ ਸਾਨੂੰ ਇੱਕ ਕਿਉਂ ਉਹ ਕਮੀ ਪੇਸ਼ ਹੋਣ ਲੱਗੀ ਆ ਵੀ ਕਮੀ ਜੀ ਮਹਿਸੂਸ ਹੋਣ ਲੱਗੀ ਆ ਸਾਨੂੰ ਉਹਦਾ ਵਿਰਾਗ ਹੋਣ ਲੱਗਿਆ ਵੀ ਸਾਡੀ ਪੰਜਾਬੀ ਕਿਤੇ ਖੁੱਸ ਨਾ ਜਾਵੇ ਹਨਾ ਵੈਸੇ ਤਾਂ ਇੱਥੇ ਨਾ ਮੈਨੂੰ ਉਸਤਾਦ ਦਾਮਨ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਉਹਨਾਂ ਨੇ ਲਿਖਿਆ ਸੀ ਵੀ ਜਿਹੜੇ ਵੀ ਪੰਜਾਬੀ ਬੋਲਦੇ ਆ ਜਾਂ ਆਪਣੀ ਬੋਲੀ ਦੇ ਹਮਦਰਦ ਨੇ ਉਹਨਾਂ ਦੇ ਵਾਸਤੇ ਆ ਵੀ ਪੰਜਾਬੀ ਕਦੇ ਮਰਦੀ ਨਹੀਂ ਉਹਨਾਂ ਨੇ ਲਿਖਿਆ ਕਹਿੰਦੇ ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਣਾ ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ ਕਹਿੰਦੇ ਇਹਦੇ ਲੱਖ ਹਰੀਫ ਪਏ ਹੋਣ ਪੈਦਾ ਦਿਨ ਬਦ ਦਿਨ ਇਹਦੀ ਸ਼ਕਲ ਬਣਦੀ ਰਹੇਗੀ ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੋਈ ਜਾਣਦੀ ਰਹੇਗੀ ਸੋ ਜਦੋਂ ਪੰਜਾਬੀ ਦੇ ਹਮਦਰਦ ਜੇ ਜਿਉਂਦੇ ਨੇ ਤਾਂ ਪੰਜਾਬੀ ਤਾਂ ਨਹੀਂ ਮਰਦੀ ਸੋ ਇੰਨਾ ਕੰਮ ਹੋ ਚੁੱਕਿਆ ਤੇ ਉਹਨੂੰ ਅੱਗੇ ਲਿਜਾਣ ਦੇ ਲਈ ਹੁਣ ਮੇਰੇ ਵਰਗੇ ਜਿਹੜੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰ ਰਹੇ ਨੇ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਤੇ ਬੰજારਾ ਬੀਤੀ ਜੀ ਹੋਗੇ ਸੁਖਦੇਵ ਮਾਧਪੂਰੀ ਜੀ ਹੋਗੇ ਮੈਂ ਰਾਈम्स ਦੇ ਵਾਸਤੇ ਕਮਲਜੀਤ ਨੀਲੋਹਰਾ ਨੇ ਬੜਾ ਸੋਹਣਾ ਕੰਮ ਕੀਤਾ ਅਮਰੀਕ ਤਲਵੰਡੀ ਜੀ ਨੇ ਸੁਖਿੰਦਰ ਮਾਨ ਜੀ ਨੇ ਉਹਨਾਂ ਨੇ ਬੜੇ ਸੋਹਣੇ ਕੰਮ ਕੀਤੇ ਆ ਤਾਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਅੱਗੇ ਦੀ ਅੱਗੇ ਪ੍ਰੋਜੈਕਟ ਆ ਜਿਹੜੇ ਕਰ ਰਹੇ ਆ ਤੇ ਕੁਝ ਦਵਿੰਦਰ ਵੀਰਾ ਹੈਗਾ ਜੇ ਕਿਤੇ ਅੜ ਗਏ ਉਹ ਲਿਖਣ ਨੂੰ ਇੱਕ ਮਿੰਟ ਲਾਉਂਦਾ ਹੈ ਤੇ ਰਾਈम्स ਥੋੜੀਆਂ ਬਹੁਤ ਮੈਂ ਵੀ ਲਿਖ ਲੈਣੀਆਂ ਤਾਂ ਹੁਣ ਸਾਰਾ ਦਿਨ ਦਿਮਾਗ ਉਸੇ ਚੀਜ਼ 'ਚ ਹੀ ਚੱਲਦਾ ਰਹਿੰਦਾ ਹੈ ਮੈਨੂੰ ਤਾਂ ਸੁਪਨੇ ਵੀ ਲਿਪੀ মিডিਆ ਦੇ ਹੀ ਆਉਂਦੇ ਆ ਸੁਪਨੇ 'ਚ ਵੀ ਲਿਪੀ মিডিਆ ਹੀ ਪ੍ਰਮੋਟ ਕਰਦੀ ਰਹਿੰਦੀ ਆ ਵੀ ਇਹਨੂੰ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਬੜੀ ਹਰਾਨੀ ਹੁੰਦੀ ਆ ਤੇ ਹਾਸਾ ਵੀ ਆਉਂਦਾ ਹੁੰਦਾ ਸਵੇਰੇ ਉੱਠ ਕੇ ਪਰ ਆ ਕਹਿੰਦੇ ਹੁੰਦੇ ਆ ਵੀ ਜਦੋਂ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕੋਈ ਚੀਜ਼ ਚੱਲੀ ਜਾਂਦੀ ਆ ਨਾ ਤਾਂ ਇਹਦਾ ਮਤਲਬ ਤੁਸੀਂ ਪੈਸ਼ਨੇਟਲੀ ਉਹਦੇ ਬਾਰੇ ਸੋਚ ਰਹੇ ਹੋ ਉਹ ਬਹੁਤ ਬਹੁਤ ਕਿਵੇਂ ਕੀ ਕਹਿੰਦੇ ਹੁੰਦੇ ਆ ਉਹਨੂੰ ਮੇਰੇ ਤੋਂ ਵਰਡ ਖੋ ਗਿਆ ਵੀ ਤੁਹਾਡੇ ਤਨਮਨ ਤੁਨੋਂ ਤੁਸੀਂ ਉਹਦੇ ਨਾਲ ਸੋਚ ਰਹੇ ਹੋ ਮਤਲਬ ਵੀ ਉਹ ਤੁਹਾਡੇ ਵਾਸਤੇ ਹੋਰ ਕੋਈ ਚੀਜ਼ ਮੈਟਰ ਨਹੀਂ ਕਰਦੀ ਤੁਸੀਂ ਪੂਰਨ ਸਮਰਪਿਤ ਹੋ ਗਏ ਤੁਸੀਂ ਪੂਰਨ ਸਮਰਪਿਤ ਹੋ ਗਏ ਹਾਂਜੀ ਹਾਂਜੀ ਤਾਂ ਸੋ ਮੈਨੂੰ ਵਧੀਆ ਵੀ ਲੱਗਦਾ ਹੁੰਦਾ ਵੀ ਸੁਪਨਾ ਆਇਆ ਦਾ ਮਤਲਬ ਵੀ ਮੈਂ ਇਧਰ ਨੂੰ ਲੱਗੀ ਹੋਈ ਆ ਵੀ ਪੂਰੀ ਪੂਰੀ ਚੰਗੀ ਤਰ੍ਹਾਂ ਲੱਗੀ ਹੋਈ ਆ ਸੋ ਇਹ ਜੀ ਜੀ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਕੋਸ਼ਿਸ਼ ਸ਼ੁਰੂ ਕੀਤੀ ਆ ਤੇ ਉਮੀਦ ਆ ਵੀ ਅਗਲੇ ਆਉਣ ਵਾਲੇ ਇੱਕ ਸਾਲ ਬਾਅਦ ਕੁਝ ਹੋਰ ਹੀ ਹੋਊ ਜਦੋਂ ਖਜ਼ਾਨੇ ਦੇ ਵਿੱਚ ਜਿਵੇਂ ਜਿਵੇਂ ਮੋਹਰਾਂ ਡਿੱਗਦੀਆਂ ਜਾਣੀਆਂ ਜਿਵੇਂ ਜਿਵੇਂ ਪ੍ਰੋਗਰਾਮ ਜਾਂਦੇ ਰਹਿਣਗੇ ਤੇ ਤੁਹਾਡਾ ਚੈਨਲ ਵੀ ਬਹੁਤ ਦੂਰ ਤੱਕ ਚਲਾ ਜਾਏਗਾ ਕਿਉਂਕਿ ਇਹ ਇਕੱਲੀ ਸਮੱਸਿਆ ਆਸਟ੍ਰੇਲੀਆ ਦੀ ਨਹੀਂ ਹੈ ਇਹ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਵੀ ਸਮੱਸਿਆ ਪੰਜਾਬ 'ਚ ਵੀ ਤਾਂ ਇਹੀ ਕੁਛ ਆ ਨਾ ਅਸੀਂ ਪੰਜਾਬ ਤੋਂ ਬਾਹਰ ਬੈਠੇ ਡਰੀ ਜਾਨੇ ਤੇ ਕੁਝ ਕਰੀ ਜਾਨੇ ਪਰ ਪੰਜਾਬ ਦੀ ਸਮੱਸਿਆ ਤਾਂ ਇਤੋਂ ਵੱਡੀ ਆ ਪੰਜਾਬ 'ਚ ਇੱਕ ਡਬਲ ਦੁੱਗਣੀ ਸਮੱਸਿਆ ਮੈਂ ਮੰਨਦਾ ਹੁੰਦਾ ਮੈਨੂੰ ਮੈਨੂੰ ਕਈ ਵਾਰੀ ਕੁਐਸਚਨ ਕੀਤਾ ਲੋਕਾਂ ਨੇ ਵੀ ਤੁਸੀਂ ਜਿਹੜੇ ਬਾਹਰਲੇ ਬੈਠੇ ਹੋ ਵੀ ਤੁਸੀਂ ਹਜੇ ਸਾਡੇ ਆਪਦੇ ਬੱਚਿਆਂ ਨੂੰ ਵੱਧ ਪੰਜਾਬੀ ਸਿਖਾ ਰਹੇ ਹੋ ਸਾਡੇ ਨਾਲੋਂ ਤਾਂ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਵੀ ਡਰ ਕੰਮ ਕਰਦਾ ਅਸੀਂ ਅਸੀਂ ਡਰਦੇ ਆ ਵੀ ਜੇ ਸਾਡੇ ਬੱਚੇ ਪੰਜਾਬੀ ਨਾ ਬੋਲੇ ਤਾਂ ਉਹ ਆਪਦੇ ਦਾਦਾ ਦਾਦੀ ਨਾਨਾ ਨਾਨੀ ਨਾਲ ਟੁੱਟ ਜਾਣਗੇ ਵਿਰਸੇ ਨਾਲ ਟੁੱਟ ਜਾਣਗੇ ਅਸੀਂ ਤੋੜਨਾ ਨਹੀਂ ਚਾਹੁੰਦੇ ਤੇ ਅਸੀਂ ਜੋਰ ਲਾਉਣੇ ਆ ਤੇ ਕਹਿੰਦੇ ਇਹ ਪੰਜਾਬ ਚ ਪੰਜਾਬ ਵਾਲੇ ਮੈਂ ਕਿਹਾ ਇਹ ਡਰਦੇ ਆ ਵੀ ਜੇ ਸਾਡੇ ਬੱਚੇ ਨੂੰ ਅੰਗਰੇਜ਼ੀ ਨਾ ਆਈ ਪਿਛੜ ਜੂ ਤੇ ਉਹਨੂੰ ਅੰਗਰੇਜ਼ੀ ਸਿਖਾਈ ਜਾਂਦੇ ਆ ਜੋਰ ਲਾ ਲਾ ਕੇ ਸਾਰਾ ਜੋਰ ਲਾ ਲਾ ਕੇ ਸੋ ਪੰਜਾਬ ਤਾਂ ਇਹਦੀ ਹੋਰ ਵੱਧ ਲੋੜ ਆ ਮਾਪਿਆਂ ਨੂੰ ਵੀ ਲੋੜ ਆ ਵੀ ਉਹਨਾਂ ਨੂੰ ਵੀ ਸਮਝਣਾ ਪੈਣਾ ਵੀ ਸਾਡੀ ਮਾਂ ਬੋਲੀ ਆ ਜਿਹੜੀ ਉਹ ਕਿਸੇ ਗੱਲੋਂ ਘਟਨੀ ਐ ਇੱਕ ਲੈਂਗੁਏਜ ਨੂੰ ਬੜਾ ਸਟੇਟਸ ਸਿੰਬਲ ਸਮਝਣ ਦੀ ਲੋੜ ਨਹੀਂ ਐ ਇੱਕ ਮਹਿਜ ਇੱਕ ਗੱਲਬਾਤ ਦਾ ਇੱਕ ਜਰੀਆ ਸੋ ਰੂਬਕਾਪਾ ਨੂੰ ਇਹ ਜਰੂਰ ਦੱਸੋ ਤੁਸੀਂ ਵੀ ਜੇ ਹੁਣ ਜਿਹੜੇ ਲੋਕ ਜੁੜਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ YouTube ਚੈਨਲ ਦਾ ਪ੍ਰੋਪਰ ਨਾਮ ਫਿਰ ਤੁਹਾਡੇ Facebook ਤੇ ਵੀ ਤੁਸੀਂ ਪੇਜ ਬਣਾਇਆ ਹੋਣਾ ਤਾਂ ਕਿ ਲੋਕ ਵੱਤੋ ਵੱਤ ਸਬਸਕ੍ਰਾਈਬ ਕਰਨ ਤੇ ਜੁੜਨ। ਹਾਂਜੀ ਭਾਜੀ YouTube ਚੈਨਲ ਦਾ ਨਾਮ ਮੈਂ ਪਹਿਲਾਂ ਦੱਸ ਕੇ ਹਟੀਆਂ ਜਿਹੜਾ ਮੈਨੂੰ ਸੁਪਨੇ ਚ ਵੀ ਆਉਂਦਾ ਹੈ ਲਿਪੀ মিডিਆ ਲ ਆਈ ਪੀ ਪੀ ਆਈ ਐਮ ای ਡੀ ਆ ਲਿਪੀ মিডিਆ ਇਹ YouTube ਚੈਨਲ ਦਾ ਨਾਮ ਆ ਤੇ ਜਦੋਂ ਉੱਪਰ ਬੈਨਰ ਦੇਖੋਗੇ ਉਦੋਂ ਤੇ ਬੜਾ ਵੱਡਾ ਕਰਕੇ ਲਿਖਿਆ ਹੋਇਆ ਸਾਡੀ ਲਿਪੀ ਸਾਡਾ ਮਾਣ ਤੇ ਜੇ ਇੰਸਟਾਗ੍ਰam ਤੇ ਤੁਸੀਂ ਸਰਚ ਕਰੋਗੇ ਲਿਪੀ মিডিਆ ਉੱਥੇ ਵੀ ਇਹੀ ਨਾਮ ਹੈ ਤੇ ਉੱਥੇ ਅਸੀਂ ਪਰਦੇ ਦੇ ਪਿੱਛੇ ਬੈਕਸਟੇਜ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਮੈਂ ਉਹ ਪਾਦਣੀ ਹੁੰਦੀਆਂ ਅ ਅ ਥਰਡ ਫੇਸਬੁਕ ਤੇ ਪੇਜ ਮੇਰੇ ਨਾਮ ਤੇ ਜਾਂ ਰੂਪਕੌਰ ਨਾਮ ਤੇ ਉਦੋਂ ਦਾ ਬਣਿਆ ਹੋਇਆ ਜਦੋਂ ਮੈਂ ਕਹਾਣੀਆਂ ਕਰਦੀ ਹੁੰਦੀ ਸੀ ਤੇ ਉਦੋਂ ਤੋਂ ਵੀ ਚੱਲੀ ਜਾ ਰਿਹਾ ਵਿੱਚ ਦੀ ਕਾਫੀ ਖਲਾ ਕਾਫੀ ਜੈਲੋਬੀ ਰੋਗ ਜੀ ਲਾਤੀ ਸੀਗੀ ਇੱਕਦਮ ਖੜੋਤ ਆ ਗਈ ਸੀ ਵੀ ਕੁਝ ਨਹੀਂ ਕੀਤਾ ਸੀ ਤੇ ਹੁਣ ਦੁਬਾਰਾ ਤੋਂ ਸ਼ੁਰੂ ਕੀਤਾ ਤਾਂ ਹੁਣ ਹੋਪਫੁਲੀ ਟ੍ਰੈਫਿਕ ਵੱਧ ਜਾਈਗੀ ਪੇਜ ਤੇ ਹਾਲੇ ਤੱਕ ਤੇ ਸੋਨਸਰ ਆਈਆਂ ਜਿਵੇਂ ਨਹੀਂ ਨਹੀਂ ਜ਼ਰੂਰ ਪਤਾ ਹੈ ਜੀ ਕਿ ਉਹ ਜਦੋਂ ਇਹ ਨਾ ਵਗਦੇ ਪਾਣੀ ਨਾਲ ਹੀ ਲੋਕ ਜੁੜਦੇ ਆ ਜੀ ਸੋ ਜਦੋਂ ਇਹ ਵਗਣ ਲੱਗ ਗਿਆ ਤੇ ਫਿਰ ਫਿਰ ਸਾਰਾ ਕੁਝ ਇਹਦੇ ਤੇ ਜੁੜ ਜਾਣਾਗਾ ਤੇ ਮੈਂ ਫਿਰ ਦਰਸ਼ਕਾਂ ਨੂੰ ਦੱਸਦਾ ਹਾਂ ਜੀ ਲਿਪੀ মিডিਆ YouTube ਚੈਨਲ ਲਿਪੀ মিডিਆ ਦੇ ਨਾਂ ਤੇ ਤੁਸੀਂ Instagram ਤੇ ਜੁੜ ਸਕਦੇ ਹੋ ਲਿਪੀ মিডিਆ ਦੇ ਨਾਂ ਰੂਪਕੌਰ ਦੇ ਨਾਂ ਦੇ ਉੱਤੇ ਤੁਸੀਂ Facebook ਦੇ ਪੇਜ ਤੇ ਜੁੜ ਸਕਦੇ ਹੋ ਸੋ ਇਹ ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਆਪਾਂ ਇਹਨਾਂ ਨੂੰ ਲਿੰਕਾਂ ਨੂੰ ਲਾ ਦੇਵਾਂਗੇ ਤਾਂ ਕਿ ਲੋਕਾਂ ਨੂੰ ਸੁਖਾਲਾ ਰਹੇ ਜਾਣ ਤੇ ਹੋਰ ਤੁਸੀਂ ਕੋਈ ਇਹ ਜੀ ਗੱਲ ਜਿਹੜੀ ਮੈਂ ਨਾ ਪੁੱਛ ਸਕਿਆ ਆਵਾ ਤੇ ਤੁਸੀਂ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਅਮ ਅਜੀ ਹੋਰ ਤਾਂ ਕੋਈ ਗੱਲ ਨਹੀਂ ਬਸ ਇਹੀ ਆ ਕਿ ਅਮ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਕਈ ਵਾਰੀ ਹੌਸਲਾ ਜਾਂ ਡੋਲ ਜਾਂਦਾ ਹੁੰਦਾ ਮੇਰਾ ਡੋਲ ਗਿਆ ਸੀ ਤੇ ਮਿੰਟੂ ਭਾਜੀ ਨਾਲ ਗੱਲ ਹੋਈ ਆ ਇਹਨਾਂ ਨੇ ਬੜਾ ਬੜਾ ਹੌਸਲਾ ਦਿੱਤਾ ਸੋ ਸਾਰਿਆਂ ਤੋਂ ਹੀ ਹੌਸਲੇ ਦੀ ਉਮੀਦ ਆ ਵੀ ਵੀ ਡੋਲਰ ਨਾ ਦਿਓ ਤੇ ਹੌਸਲਾ ਦਿੰਦੇ ਰਹੋ ਤੁਹਾਡੇ ਮੈਸੇजेस ਬਹੁਤ ਮੈਟਰ ਕਰਦੇ ਆ ਇੱਕ ਇੱਕ ਕਮੈਂਟ ਬਹੁਤ ਮੈਟਰ ਕਰਦਾ ਹੈ ਇੱਕ ਇੱਕ ਲਾਈਕ ਵੀ ਬਹੁਤ ਮੈਟਰ ਕਰਦਾ ਕਿਉਂਕਿ ਉਹ ਹੀ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਆਪਾਂ ਕਮਿਊਨਿਟੀ ਕਮਿਊਨੀਕੇਟ ਕਰ ਪਾਉਨੇ ਆ ਉਦੋਂ ਤਾਂ ਆਪਾਂ ਕਿਸੇ ਨੂੰ ਮਿਲ ਨਹੀਂ ਸਕਦੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਪਰ ਇਹੀ ਚੀਜ਼ਾਂ ਨੇ ਜਿਹਦੇ ਤੋਂ ਸਾਨੂੰ ਪਤਾ ਚੱਲਦਾ ਹੈ ਹਨਾ ਜੇ ਤਾਂ ਲਾਈਵ ਸਟੇਜ ਸ਼ੋ ਹੋਵੇ ਕੋਈ ਤਾਂ ਲੋਕਾਂ ਦੇ ਹਾਵ ਭਾਵ ਦੇਖ ਕੇ ਪਤਾ ਲੱਗ ਜੂ ਵੀ ਲੋਕ ਪਸੰਦ ਕਰ ਰਹੇ ਆ ਕਿ ਨਹੀਂ ਤੁਹਾਡੀਆਂ ਤਾੜੀਆਂ ਤੁਹਾਡੇ ਕਮੈਂਟਸ ਹੀ ਆ ਤੁਹਾਡੀਆਂ ਤਾੜੀਆਂ ਤੁਹਾਡੇ ਲਾਈਕਸ ਹੀ ਆ ਜੇ ਕੁਝ ਨਹੀਂ ਵੀ ਪਸੰਦ ਆਉਂਦਾ ਤਾਂ ਵੀ ਓਪਨਲੀ ਕਹੋ ਕਿ ਇੱਥੋਂ ਆ ਚੀਜ਼ ਬਦਲੀ ਜਾ ਸਕਦੀ ਸੀਗੀ ਤੇ ਜੇ ਉਹ ਫੀਜ਼ੀਬਲ ਆ ਜੇ ਉਹ ਸਹੀ ਚੀਜ਼ ਆ ਤਾਂ ਉਹਨੂੰ ਉਹਨੂੰ ਬਦਲਿਆ ਜਾਊਗਾ ਉਹਨੂੰ ਚੇਂਜ ਕੀਤਾ ਜਾਊਗਾ ਕਿਉਂਕਿ ਇੱਕ ਇੱਕ ਦਿਮਾਗ ਉਹਨਾਂ ਕੀ ਸੋਚ ਸਕਦਾ ਹੁੰਦਾ ਜਦੋਂ ਜ਼ਿਆਦਾ ਦਿਮਾਗ ਇਕੱਠੇ ਹੋ ਜਾਂਦੇ ਤਾਂ ਉਹ ਚੀਜ਼ ਹੋਰ ਵਧੀਆ ਉੱਭਰ ਕੇ ਆਉਂਦੀ ਹੈ ਜੀ ਸੋ ਮੈਂ ਇੱਥੇ ਜਾਂਦਾ ਹਾਂ ਦਾ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਆਂ ਸਾਡੇ ਨਾਲ ਦਰਸ਼ਕ ਜੁੜ ਵੀ ਰਹੇ ਆ ਸਿੰਘ ਜਰਨਲ ਹੋਰਾਂ ਨੇ ਵੀ ਕਿਹਾ ਵੀ ਸਲੂਟ ਆ ਜੀ ਆਸਟ੍ਰੇਲੀਅਨ ਨੂੰ ਪਰ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਜੀ ਕਿਉਂਕਿ ਸਾਡਾ ਨਿਜੀ ਤਜਰਬਾ ਪਿਛਲੇ 15 20 ਸਾਲ ਤੋਂ ਸੀ ਇਹ ਭੋਗ ਰਹੇ ਆ ਚੰਗੇ ਕਾਰਜ ਕਹਿੰਦੇ ਨੇ ਇਹਨੇ ਕਰਦੇ ਆ ਉਸਤਤ ਕਰੇ ਜਹਾਨ ਨਹੀਂ ਜਿਵੇਂ ਇੱਕ ਪੂਰੀ ਤਾਂ ਮੈਂ ਤੱਕ ਨਹੀਂ ਬੋਲ ਰਿਹਾ ਪਰ ਕਹਿੰਦੇ ਨੇ ਵੀ ਜੇ ਚੰਗੇ ਕਾਮੀ ਕਰਦੇ ਨੂੰ ਨਾ ਜਹਾਨ ਉਸਤਤ ਕਰਦਾ ਪਰ ਇੱਥੇ ਉਲਟ ਹੋਇਆ ਪਿਆ ਕੰਮ ਥੋੜਾ ਜਿਹਾ ਹੁਣ ਜੇ ਤੁਸੀਂ ਜਿੰਨਾ ਗੰਦ ਪਾਉਂਗੇ ਉੰਨੀ ਜਹਾਨ ਤੁਹਾਡੀ ਉਸਤਤ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਆਪਦੀ ਚਾਲ ਛੱਡ ਜਾਈਏ ਅਸੀਂ ਜਿਹੜੀ ਚਾਲ ਚੱਲਣੀ ਆ ਜਿਹੜੇ ਅਸੀਂ ਕੰਮ ਕਰਨੇ ਆ ਜਿਹੜੀ ਸਾਡੀ ਫਿਤਰਤ ਆ ਉਹ ਅਸੀਂ ਛੱਡਣੀ ਨਹੀਂ ਤੇ ਅਸੀਂ ਨਹੀਂ ਛੱਡੀ ਐਵੇਂ ਜਿਕੇ ਸਾਨੂੰ 15 ਸਾਲ ਹੋ ਗਏ ਅਸੀਂ ਨਹੀਂ ਛੱਡੀ ਤੇ ਐਵੇਂ ਜਿਕੇ ਅਸੀਂ ਤੁਹਾਨੂੰ ਵੀ ਇਨਕ੍ਰੀਜ਼ ਕਰਾਂਗੇ ਵੀ ਆਪਦੀ ਚਾਲ ਨਾ ਛੱਡਿਓ ਜੀ ਆਪਦੀ ਚਾਲ ਜੇ ਰੱਖੋਗੇ ਤਾਂ ਕੁਝ ਨਹੀਂ ਤੁਹਾਨੂੰ ਲੋੜ ਤੇ ਜੇ ਕਿਸੇ ਦੀ ਸੁਣਨ ਲੱਗੇ ਤੋ ਕਨਖੰਜੂਰੇ ਦੀ ਮੈਨੂੰ ਗੱਲ ਚੇਤੇ ਆ ਰਹੀ ਆ ਮੈਂ ਹੁਣੇ ਪੰਨੂ ਸਾਹਿਬ ਦੀ ਕਿਤਾਬ ਪੜ ਰਿਆ ਸੀ ਚਾਹਨਾਵਾ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਲਿਖੀ ਕਹਿੰਦੇ ਵੀ ਕਨਖੰਜੂਰੇ ਨੂੰ ਪੁੱਛਿਆ ਵੀ ਜਦੋਂ ਤੂੰ ਤੁਰਨ ਲੱਗਦਾ ਤੇ ਪਹਿਲਾਂ ਕਿਹੜਾ ਪੈਰ ਚੱਕਦਾ ਕਿਉਂਕਿ ਉਹਦੇ ਬਹੁਤ ਸਾਰੇ ਪੈਰ ਹੁੰਦੇ ਆ ਨਾ ਉਹ ਆਦਾ ਜੇ ਮੈਂ ਇਹ ਪੈਰ ਇਹ ਗਿਣਨ ਲੱਗ ਜਾ ਤਾਂ ਦੇਖਣ ਲੱਗ ਜਾ ਤਾਂ ਹੋ ਸਕਦਾ ਮੈਂ ਆਪਣੀ ਚਾਲ ਹੀ ਭੁੱਲ ਜਾ ਸੋ ਸਿੰਪਲ ਜੀ ਗੱਲ ਆ ਲੋਕਾਂ ਨੇ ਕੁਝ ਵੀ ਕਹੀ ਜਾਣ ਕਿਵੇਂ ਕਰੀ ਜਾਣ ਜਿਹੜੇ ਸਿੱਧੀ ਨੀਤ ਤੇ ਸਪਸ਼ਟ ਨੀਤੀ ਨਾਲ ਤੁਹਾਡੇ ਜੁੜਦੇ ਆ ਉਹ ਤਾਂ ਤੁਹਾਨੂੰ ਦੱਸਦਾ ਜੀ ਉਹ ਤਾਂ ਇੱਕੋ ਹੀ ਫਾਰਮੂਲਾ ਵਰਤਦੇ ਆ ਵੀ ਜੇ ਤਾਂ ਚੰਗਾ ਲੱਗਿਆ ਉਹਨਾਂ ਨੂੰ ਲੋਕਾਂ ਨੂੰ ਦੱਸਣਗੇ ਜੇ ਮਾੜਾ ਲੱਗਿਆ ਤਾਂ ਤੁਹਾਨੂੰ ਨਿੱਜੀ ਦੱਸਣਗੇ ਜਿਹੜੀ ਤਾਂ ਚੰਗੀ ਸੋਚ ਦੇ ਲੋਕ ਜਿਹੜੇ ਲੋਕਾਂ ਨੇ ਨਾ ਕੁਝ ਕੀਤਾ ਨਾ ਕਰਨਾ ਨਾ ਕਰਨ ਦੇਣਾ ਉਹਨਾਂ ਨੇ ਫਿਰ ਇਹ ਚੀਜ਼ਾਂ ਕੰਨ ਖੰਜੂਰੇ ਵਾਲੇ ਸਵਾਲ ਕਰਨੀ ਕਰਨੇ ਆ ਤੇ ਉਹਨਾਂ ਦਾ ਆਪਾਂ ਹੱਲ ਵੀ ਕੋਈ ਨਹੀਂ ਕਰ ਸਕਦੇ ਸੋ ਅਸੀਂ ਸਾਡੇ ਬੰਨਿਓ ਪੂਰੀਆਂ ਦਵਾਵਾਂ ਜੀ ਤੁਹਾਨੂੰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਦੇ ਜਿੰਨੇ ਸਾਡੇ ਪਲੇਟਫਾਰਮ ਤੇ ਅਸੀਂ 10-15 ਸਾਲਾਂ ਚ ਲੋਕ ਇਕੱਠੇ ਕੀਤੇ ਇਹਨਾਂ ਨੂੰ ਕਈਏ ਵੀ ਭਾਈ ਤੁਸੀਂ ਉਧਰ ਵੀ ਜਾਓ ਤੇ ਸਪੋਰਟ ਕਰੋ ਚੰਗੇ ਲੋਕਾਂ ਦੀ ਤੇ ਪਰ ਤੁਸੀਂ ਤੁਹਾਡੇ ਤੋਂ ਵੀ ਆਸ ਰੱਖਾਂਗੇ ਜੀ ਵੀ ਤੁਸੀਂ ਡੋਲਿਓ ਨਾ ਤੇ ਕਈ ਵਾਰੀ ਜਿਹੜਾ ਬੰਦਾ ਲਾਈਕਾਂ ਸ਼ੇਅਰਾਂ ਦੇ ਚੱਕਰਾਂ 'ਚ ਆ ਕੇ ਆਪਦਾ ਮਿਆਰ ਸਿੱਟ ਵੰਦਾ ਜਾਂ ਕੁਝ ਹੋਰ ਕਰ ਵੰਦਾ ਤੇ ਦੂਜੀ ਜਿਹੜੀ ਕਮਰਸ਼ੀਅਲ ਦੀ ਗੱਲ ਆ ਕਮਰਸ਼ੀਅਲ ਦੀ ਤਾਂ ਮੈਂ ਇਨਾਕ ਦਾਅਵੇ ਨਾ ਕਹਿ ਸਕਦਾ ਵੀ ਆਸਟ੍ਰੇਲੀਆ 'ਚ ਹਜੇ ਕਮਰਸ਼ੀਅਲ ਹੋਣਾ ਖਾਸਾ ਔਖਾ ਬਹੁਤ ਔਖਾ ਬਸ ਥੋੜਾ ਜਿਹਾ ਇਨਾਂ ਵੀ ਤੁਸੀਂ ਆਪ ਦਾ ਦਸਵੰਦ ਕੱਢੀ ਜਾਓ ਮੇਰੇ ਵਾਲੀ ਫਿੱਤਰਤ ਲਿਆਓ ਮੈਨੂੰ ਕਈ ਵਾਰੀ ਕਹਿੰਦੇ ਆ ਮੈਂ ਹੁਣ ਤੱਕ ਅਖਬਾਰ ਰੇਡੀਓ ਟੀਵੀ ਕਿੰਨਾ ਕੁਸ਼ਤੇ ਪੈਸੇ ਲਾਉਣਾ ਤਾਂ ਘਰੇ ਵੀ ਕਈ ਵਾਰੀ ਕਹਿੰਦੇ ਵੀ ਇਹੀ ਘਰ ਦੇ ਕਿਸ਼ਤਾਂ ਲੈ ਸਕਦੀਆਂ ਸੀ ਤਾਂ ਮੈਂ ਕਹਿ ਦਿੰਦਾ ਉਹਨਾਂ ਵੀ ਤੁਸੀਂ ਇਹ ਸੋਚੋ ਵੀ ਮੈਂ ਇੱਕ ਸਿੱਕਾ ਦੀ ੱਬੀ ਰੋਜ਼ ਪੀਣਾ ਤੇ ਇੱਕ ਪੀਣਾ ਮੈਂ दारू ਦੀ ਬੋਤਲ ਤਾਂ ਦੋਨਾਂ ਦਾ ਰਲਾ ਕੇ ਆਸਟ੍ਰੇਲੀਆ ਚ 70-80 ਡਾਲਰ ਬਣ ਜਾਂਦੇ ਆ ਜੀ ਤੇ 80 ਡਾਲਰ ਦੇ ਹਿਸਾਬ ਨਾਲ 2000 ਡਾਲਰ ਮਹੀਨੇ ਦਾ ਬਣ ਗਿਆ ਮੈਨੂੰ 24000 ਡਾਲਰ ਮੇਰੀਆਂ ਇਹਨਾਂ ਐਪ ਬੈਲ ਤੇ ਲਾਉਣ ਦੇ ਦਿਆ ਕਰੋ ਬਾਕੀ ਮੈਂ ਕੁਝ ਲੈਂਦਾ ਨਹੀਂ ਸੋ ਇਸ ਕਰਕੇ ਤੁਸੀਂ ਵੀ ਇਹ ਇਸ ਪਮਾਨੇ ਨਾਲ ਸੋਚ ਕੇ ਜੇ ਚੱਲੋਗੇ ਤਾਂ ਜਰੂਰ ਇੱਕ ਦਿਨ ਸਾਰੀਆਂ ਮੰਜਲਾਂ ਤੁਹਾਡੇ ਕਦਮਾਂ ਥੱਲੇ ਹੋਣਗੀਆਂ ਬਾਕੀ ਪੈਸਾ ਕਰਨਾ ਵੀ ਕੁਝ ਨਹੀਂ ਹੁੰਦਾ ਪੈਸਾ ਖਾਣੀ ਤਾਂ ਰੋਟੀ ਆ ਤੇ ਐਂਡ ਆਫ ਦਿ ਡੇ ਜੇ ਤੁਹਾਨੂੰ ਲੋਕਾਂ ਨੇ ਯਾਦ ਕੀਤਾ ਹਜੂਮ ਨੇ ਵੀ ਹਾਂ ਭਾਈ ਵੀ ਵਾਕਈ ਕੋਈ ਸੀ ਜੀ ਨੇ ਕਾਰਜ ਕੀਤਾ ਤਾਂ ਉਹ ਤੁਹਾਡੀ ਕਮਾਈ ਹੋਊਗੀ ਸੋ ਬਹੁਤ ਸਾਰੇ ਜੀ ਫਲੀ ਕੋਈ ਸਾਡੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋ ਦਰਸ਼ਕਾਂ ਨੂੰ ਸੁਨੇਹਾ ਭਾਜੀ ਬਸ ਹੋਈ ਬਾਬੂ ਰਜਬ ਅਲੀ ਦੀਆਂ ਗੱਲਾਂ ਵੀ ਆਜੋ ਭਾਈ ਗੁਰਮੁਖੀ ਕਿਸੇ ਜੇ ਸਿੱਖਣੀ ਪੜਨੀ ਆ ਸਾਂ ਤੇ ਸੁਖਾਲੀ ਲਿਖਣੀ ਅੱਖਰ ਜੋ ਫਾਗ ਜੇ ਜਲੇਬੀ ਪੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਸੋ ਬੜੀ ਸੋਹਣੀ ਜ਼ੁਬਾਨ ਹੈ ਬੜੀ ਸੋਹਣੀ ਹੈ ਜੀ ਇਹ ਬੜੀ ਸੌਖੀ ਹੈ ਆਪ ਵੀ ਸਿੱਖਿਏ ਤੇ ਬੱਚਿਆਂ ਨੂੰ ਵੀ ਸਿਖਾਈਏ ਸਾਡੇ ਚੈਨਲ ਦੇ ਉੱਤੇ ਇੱਕ ਪੁਰਾਣੀ ਸ਼ਬਦਾਂ ਦਾ ਪਿਛੋਕੜ ਵੀ ਮੈਂ ਸ਼ੁਰੂ ਕੀਤਾ ਪੱਗ ਵਟਾਉਣੀ ਪੱਗ ਵੰਡਣੀ ਜਾਂ ਮਿੱਟੀ ਦਾ ਬਾਵਾ ਜਾਂ ਗਪੌੜ ਸੰਖ ਇਹ ਇਹ ਸ਼ਬਦ ਆਪਾਂ ਰੋਜ਼ ਵਰਤਦੇ ਆਂ ਪਰ ਆਪਾਂ ਨੂੰ ਇਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਹੈਨਾ ਮੈਨੂੰ ਖੁਦ ਨਹੀਂ ਸੀ ਪਤਾ ਜਦੋਂ ਪੜ੍ਹਦੇ ਆਂ ਤਾਂ ਪਤਾ ਲੱਗਦਾ ਵੀ ਅੱਛਾ ਇਹਦਾ ਮਤਲਬ ਇਹ ਤਾਂ ਪਿਛੋਕੜੇ ਸੀ ਤਾਂ ਸਿਰਫ ਬੱਚਿਆਂ ਦੇ ਲਈ ਨਹੀਂ ਵੱਡਿਆਂ ਦੇ ਲਈ ਵੀ ਕੋਸ਼ਿਸ਼ ਕਰ ਰਹੇ ਆਂ ਪੰਜਾਬੀ ਦੀਆਂ ਵੱਖ-ਵੱਖ ਬਣਗੀਆਂ ਇਸ ਚੈਨਲ ਤੋਂ ਅਸੀਂ ਪੇਸ਼ ਕਰਦੇ ਆਂ ਤਾਂ ਸਾਡਾ ਸਾਥ ਦਿਓ ਇਹ ਹੀ ਹੈ ਜੀ ਪੰਜਾਬੀ ਦੇ ਹਮਦਰਦ ਬਣੀਏ ਬਸ ਇੱਕ ਉਲੰਬਾ ਜਿਹੜਾ ਸਾਡੇ ਰਾਈਟਰ ਸਾਨੂੰ ਦੇਖ ਕੇ ਗਏ ਆ ਵੀ ਅਬ ਹਿੰਦੀ ਦੀ ਪੁਗ ਦੀ ਬਾਤ ਮਜਾਜਣ ਸ਼ੌਂਕੀ ਦੀ ਬਾਤ ਮਜਾਜਣ ਸੰਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਹਦੀ ਆਦਤ ਭੁੰਕਣ ਦੀ ਬੁਰੜੀ ਪਏ ਦੰਦ ਨਿਕਲੇ ਇਹਨਾਂ ਵਕਤ ਕਢੋਲੀ ਦਾ ਕਰ ਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਸੋ ਉਹ ਬੋਲੀ ਦਾ ਦਰਦ ਕਰੋ ਕਿਤੇ ਇਹਨੂੰ ਵਿਸਾਰ ਨਾ ਦੇਈਏ ਕਿਤੇ ਅਸੀਂ ਤਾਂ ਨਹੀਂ ਵਿਸਾਰਦੇ ਕਿਤੇ ਸਾਡੇ ਬੱਚੇ ਨਾ ਵਿਸਾਰ ਦੇਣ ਉਹਨਾਂ ਤੱਕ ਪਹੁੰਚਾ ਜ਼ਰੂਰ ਦੇ ਉਹ ਸਾਹ ਉਹਨਾਂ ਨੇ ਲੈਣੀ ਜੀ ਬਹੁ ਬਹੁ ਮਿਹਰਬਾਨੀ ਆ ਰੂਪ ਤੇ ਰੁਕੌਰ ਜੀ ਤੇ ਜਾਂਦੇ ਜਾਂਦੇ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਜੀ ਕਹਿੰਦੇ ਪੰਜਾਬੀ ਚ ਹਾਈਲਾਈਟਸ ਕਰਕੇ ਆਇਆ ਕਰਨਗੇ ਲੋਕ ਤਾਂ ਤੁਸੀਂ ਲੱਗੇ ਰਹੋ ਸੋ ਬਿਲਕੁਲ ਜੀ ਉਸ ਲੈਵਲ ਤੇ ਅਸੀਂ ਆਪਦੀ ਮਾਂ ਬੋਲੀ ਨੂੰ ਚਾਹੁੰਨੇ ਆ ਸਾਡੀ ਲਿਪੀ ਨੂੰ ਚਾਹੁੰਨੇ ਆ ਵੀ ਉਸ ਲੈਵਲ ਤੇ ਜਾਵੇ ਵੀ ਇਹਦੇ ਵੀ ਹਾਈਲਾਈਟਸ ਹੋਇਆ ਕਰਨ ਸੋ ਬਹੁਤ ਬਹੁਤ ਧੰਨਵਾਦ ਤੇ ਮੈਂ ਦਰਸ਼ਕਾਂ ਨੂੰ ਫੇਰ ਪੁਰਜ਼ੋਰ ਬੇਨਤੀ ਕਰਦਾ ਵੀ ਤੁਸੀਂ ਕਹਿੰਦੇ ਨਹੀਂ ਰੱਖਿਓ ਲਾਜ ਸਾਡੀ ਲਾਜ ਰੱਖਿਓ ਪਹਿਲਾਂ ਵੀ ਅਸੀਂ ਜਦੋਂ ਬਰਾਸਤ ਐਪ ਦੀ ਗੱਲ ਕੀਤੀ ਸੀ ਤੇ ਇੱਕੋ ਦਿਨ ਚ ਸੈਂਕੜੇ ਲੋਕਾਂ ਨੇ ਡਾਊਨਲੋਡ ਕੀਤਾ ਤੇ ਸਾਡਾ ਸਾਡਾ ਮਾਣ ਰਿਆ ਤੇ ਅੱਜ ਵੀ ਮੈਂ ਬੇਨਤੀ ਕਰਦਾ ਜੀ ਵੀ ਤੁਸੀਂ ਰੂਪੌਰਾਂ ਦਾ ਚੈਨਲ ਵੱਡੀ ਪੱਧਰ ਤੇ ਸਬਸਕ੍ਰਾਈਬ ਕਰਿਓ ਤੇ ਉਹਨਾਂ ਦੇ ਪੇਜ ਤੇ ਜੁੜੋ ਤੇ ਉਹਨਾਂ ਨੂੰ ਹੌਸਲਾ ਫਜਾਈ ਦਿਓ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਸਮੇਂ ਲਈ ਤੇ ਜੁੜਨ ਲਈ ਬਹੁਤ ਮਿਹਰਬਾਨੀ ਭਾਜੀ ਬਹੁਤ ਬੱਚੋ ਗਿਆ ਸੱਚੀ ਗੱਲ